ਜੀ ਆਇਆਂ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਆਪਣੀ ਪੰਜਾਬ GK ਦੀ ਕਲਾਸ ਲੈ ਕੇ ਆਏ ਹਾਂ ਜਿਹੜੀ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗੀ ਕਲਾਸ ਨੰਬਰ 11 ਆਪਣਾ ਪੰਜਾਬ ਦਾ ਸਾਹਿਤ ਅਤੇ ਸਾਹਿਤਕ ਅਕੈਡਮੀ ਅਵਾਰਡ ਜਿਹੜੇ ਅਸਾਹਿਤਿਕ ਜੋ ਸਾਹਿਤ ਦੇ ਅਵਾਰਡ ਹੁੰਦੇ ਨੇ ਸਾਹਿਤ ਦੇ ਨਾਲ ਰਿਲੇਟਡ ਉਹ ਆਪਾਂ ਸਾਰਾ ਡਿਟੇਲ ਦੇ ਵਿੱਚ ਕਰਾਂਗੇ ਇਸ ਤੋਂ ਪਹਿਲਾਂ ਆਪਾਂ 10 ਕਲਾਸਾਂ ਕਰ ਚੁੱਕੇ ਹਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਕਲਾਸਾਂ ਕੀਤੀਆਂ ਨੇ ਤੁਸੀਂ ਪੀਟਰ ਪਲੱਸ ਬੀ ਦਾ ਕੋਈ ਵੀ ਪੇਪਰ ਚੱਕ ਲਓ ਉਹਦੇ ਵਿੱਚ ਤੁਸੀਂ ਪੁਰਾਣੇ ਪੇਪਰ ਦੇਖੋ ਕਿ ਜਿਹੜੀਆਂ ਕਲਾਸਾਂ ਆਪਾਂ 10 ਕੀਤੀਆਂ ਨੇ ਕਿੰਨੇ ਕੁਐਸਚਨ ਉਹਦੇ ਵਿੱਚ ਰਿਪੀਟ ਹੋ ਰਹੇ ਨੇ ਬਾਰ-ਬਾਰ ਸੋ ਇਹਦਾ ਬੈਨੀਫਿਟ ਤੁਹਾਨੂੰ ਇਹੀ ਹੋਏਗਾ ਮੈਂ ਕੋਸ਼ਿਸ਼ ਕਰ ਰਿਹਾ ਜ਼ਿਆਦਾ ਤੋਂ ਜ਼ਿਆਦਾ ਕਿ ਜਲਦੀ ਤੋਂ ਜਲਦੀ ਆਪਣੀ ਪੰਜਾਬ ਜੀਕੇ ਫ ਕਿਉਂਕਿ ਪੰਜਾਬ ਜੀ ਕੇ 10 20 ਨੰਬਰ ਦੀ ਪੇਪਰ ਦੇ ਵਿੱਚ ਆਉਂਦੀ ਆ ਪੀਟ੍ਰੀਪਲ ਐਸ ਵੀ ਹੋ ਗਿਆ ਚਾਹੇ ਪੀਪੀਐਸਸੀ ਹੋ ਗਿਆ ਤਾਂ ਉਹਦੇ ਵਿੱਚੋਂ ਆਪਾਂ ਆਪਣੇ ਨੰਬਰ ਸਿਕਿਉਰ ਕਰਨੇ ਆ ਠੀਕ ਆ ਜੀ ਸੋ ਹੁਣ ਤਰੀਕਾ ਇਹਦਾ ਇਹੀ ਆ ਕਿ ਇਹਦੇ ਵਿੱਚ ਆਪਾਂ ਜਿਹੜੇ ਮੇਨ ਟਾਪਿਕ ਆ ਸਾਰਿਆਂ ਦਾ ਪਹਿਲਾਂ ਆਪਾਂ ਉਹ ਕਰ ਰਹੇ ਆ ਫਿਰ ਆਪਾਂ ਜਿਹੜੇ ਕੁਝ ਇਦਾਂ ਦੇ ਟਾਪਿਕ ਹੋਣਗੇ ਜਿਹੜੇ ਕਿ ਆਪਾਂ ਥੋੜਾ ਥੋੜਾ ਕਰਕੇ ਹੌਲੀ ਹੌਲੀ ਕਰਕੇ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਪਹਿਲੀਆਂ 15 ਕਲਾਸਾਂ ਹੋਣਗੀਆਂ ਉਹਦੇ ਵਿੱਚ ਸਿਰਫ ਮੇਨ ਟੌਪਿਕ ਹੀ ਕਰਾਂਗੇ ਜਿਹੜੇ ਪੂਰੇ ਮੇਨ ਟੌਪਿਕ ਜਿਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕੁਐਸਚਨ 100% ਬਣਦਾ ਹੀ ਬਣਦਾ ਵਾ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਉਹ ਕਰ ਰਹੀਆਂ ਹੁਣ ਦੇਖੋ ਜੀ ਤੁਸੀਂ ਨਾ ਇਸ ਟਾਈਮ ਦੇ ਉੱਤੇ ਆਪਣਾ ਪੰਜਾਬ ਦਾ ਸਾਹਿਤ ਆਪਾਂ ਪੜ੍ਹਨ ਲੱਗੇ ਆਂ ਪੰਜਾਬ ਦੇ ਸਾਹਿਤ ਦੇ ਉੱਤੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ 1 2 3 ਕੁਐਸਚਨ ਪੀਟ੍ਰੀਪਲੱਸਵੀ ਦੇ ਪੰਜਾਬ ਜੀਕੇ ਸਬਜੈਕਟ ਦੇ ਵਿੱਚ ਬਣਦਾ ਵਾ ਹੁਣ ਇਹਦੇ ਵਿੱਚ ਆਪਾਂ ਲਿਟਰੇਚਰ ਦੇ ਵਿੱਚ ਇੱਕ ਤਾਂ ਹੁੰਦਾ ਪੰਜਾਬ ਦਾ ਪ੍ਰਾਤਨ ਸਾਹਿਤ ਕਹਿ ਦਿੰਨੇ ਆ ਜਿਹਨੂੰ ਆਪਾਂ ਇੱਕ ਆਪਣਾ ਪੰਜਾਬ ਦਾ ਆਧੁਨਿਕ ਸਾਹਿਤ ਠੀਕ ਆ ਜੀ ਜਾਨਕੀ ਮਾਡਰਨ ਲਿਟਰੇਚਰ ਕਹਿ ਦਿੰਨੇ ਆ ਇੱਕ ਆਪਣਾ ਦੂਸਰਾ ਲਿਟਰੇਚਰ ਕਹਿ ਕਹਿ ਦਿੰਨੇ ਆ ਠੀਕ ਆ ਜੀ ਹੁਣ ਪ੍ਰਾਤਨ ਵਾਲਾ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨ ਲੱਗੇ ਆ ਜੀ ਸਭ ਤੋਂ ਪਹਿਲਾਂ ਆਪਾਂ ਪੰਜਾਬ ਦਾ ਪ੍ਰਾਤਨ ਸਾਹਿਤ ਪੜਾਂਗੇ ਹੁਣ ਇਹਦੇ ਵਿੱਚ ਕੀ ਆ ਜਾਂਦਾ ਵਾ ਜੀ ਵੇਖੋ ਜੀ ਭਾਰਤ ਦੇ ਵਿੱਚ ਇਸਲਾਮ ਦੇ ਆਗਾਜ਼ ਨੇ ਇੱਥੋਂ ਦੀ ਭਾਸ਼ਾ ਤੇ ਸਾਹਿਤ ਨੂੰ ਕਾਫੀ ਪ੍ਰਭਾਵਿਤ ਕੀਤਾ ਠੀਕ ਆ ਜੀ ਜਦੋਂ ਇਸਲਾਮ ਅਤੇ Hindu ਧਰਮਾਂ ਦੇ ਸੁਮੇਲ ਨਾਲ ਸੂਫੀ ਰਵਾਇਤ ਹੋਂਦ ਵਿੱਚ ਆਈ ਜਿੱਦਾਂ ਕਿ ਆਪਾਂ ਦੇਖਿਆ ਸੀਗੇ ਪ੍ਰੀ ਰੇ ਪਲੱਸ ਵੀ ਦੇ ਜੋ ਕਲਰਕ ਦੇ ਪੇਪਰ ਹੋਏ ਸੀਗੇ 12 ਦਸੰਬਰ 2021 ਨੂੰ ਜੇ ਤੁਸੀਂ ਨਹੀਂ ਦੇਖੇ ਤਾਂ ਆਪਣੀ ਚੱਲ ਰਹੇ ਨੇ ਉਹਦੀ ਸੀਰੀਜ਼ ਪੀワイਕਿਊ ਪੀਟਰ ਪਲੱਸ ਵੀ ਦੀ ਜੀਕੇ ਸੀਰੀਜ਼ ਚੱਲ ਰਹੀ ਆ ਉਹਨੂੰ ਜਾ ਕੇ ਦੇਖੋ ਤੁਹਾਨੂੰ ਉਹਦੇ ਚ ਆਈਡੀਆ ਹੋ ਜਾਏਗਾ ਕਿ ਕਿਸ ਤਰ੍ਹਾਂ ਪੇਪਰ ਦਾ ਲੈਵਲ ਹੋਰ ਪਾਸੇ ਜਾ ਰਿਹਾ ਵਾ ਠੀਕ ਆ ਪੰਜਾਬ ਜੀਕੇ ਦੇ ਵਿੱਚ ਵੀ ਥੋੜੇ ਵਧੀਆ ਲੈਵਲ ਦੇ ਕੁਐਸਚਨ ਵੀ ਆ ਰਹੇ ਨੇ ਹਾਂਜੀ ਰੂਸੂਫੀ ਰਵਾਇਤ ਹੋਣ ਦੇ ਵਿੱਚ ਆਈ ਇਹਦੇ ਵਿੱਚੋਂ ਬਹੁਤ ਕੁਐਸਚਨ ਤੁਸੀਂ ਦੇਖੋਗੇ ਕਿ ਜਿਹੜੇ ਤੁਹਾਡੇ ਪੇਪਰ ਦੇ ਵਿੱਚ ਆਏ ਹੋਏ ਨੇ ਉਹ ਕਵਰ ਹੋ ਜਾਣਗੇ ਮੋਸਟਲੀ ਪੰਜਾਬ ਦਾ ਪੁਰਾਤਨ ਸਾਹਿਤ ਆ ਜਿਹੜਾ ਉਹ ਸ਼ੁਰੂ ਹੁੰਦਾ ਜੀ ਫਰੀਦੂਦੀਨ ਗਜੇ ਸ਼ੰਕਰ ਬਾਬਾ ਫਰੀਦ ਦੀਆਂ ਲਿਖਤਾਂ ਤੋਂ ਸ਼ੁਰੂ ਹੁੰਦਾ ਜਿਨ੍ਹਾਂ ਨੂੰ ਕਿ ਆਪਾਂ ਬਾਬਾ ਫਰੀਦ ਕਹਿ ਦਿੰਦੇ ਆ ਠੀਕ ਆ ਜੀ ਸੋ ਉਹਨਾਂ ਤੋਂ ਸ਼ੁਰੂ ਹੁੰਦਾ ਪੁਰਾਤਨ ਸਾਹਿਤ ਦੇ ਫਾਦਰ ਬਾਬਾ ਫਰੀਦ ਨੂੰ ਕਿਹਾ ਜਾਂਦਾ ਵਾ ਠੀਕ ਆ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਬਣ ਰਿਹਾ ਵਾ ਜੀ ਪੁਰਾਤਨ ਸਾਹਿਤ ਦੇ ਫਾਦਰ ਪਿਤਾਮਾ ਕਿਹਨੂੰ ਕਿਹਾ ਜਾਂਦਾ ਵਾ ਠੀਕ ਆ 올ਡ ਪੰਜਾਬੀ ਲੈਂਗੁਏਜ ਦੇ ਲਿਟਰੇਚਰ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਬਾਬਾ ਫਰੀਦ ਨੂੰ ਕੁਐਸਚਨ ਕਵਰ ਹੋ ਗਿਆ ਜੀ ਤੁਹਾਡਾ ਸੋ ਕੁਐਸ਼ਨ ਆਪਾਂ MCQ ਇਸ ਵਾਰ ਨਹੀਂ ਲੈ ਕੇ ਆਏ ਨਾਲ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਕੇ ਜਿਹੜੇ ਆਪਾਂ ਪੀਟਰ ਪਲੱਸ ਵੀ ਦੇ ਪੇਪਰ ਕਰ ਰਹੇ ਆ ਉਹਦੇ ਲਗਭਗ 600 ਕੁਐਸ਼ਨ ਆਪਾਂ ਕਰਨੇ ਨੇ ਤਾਂ MCQ ਤੁਹਾਡੇ ਸਾਰੇ ਉਹਦੇ ਵਿੱਚ ਹੀ ਕਵਰ ਹੋ ਰਹੇ ਨੇ ਕਿਉਂਕਿ ਉਹੀ MCQ ਮੈਂ ਇਹਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ 10 ਕਲਾਸਾਂ ਹੋਈਆਂ ਸੀ ਉਹਦੇ ਵਿੱਚ ਮੈਂ ਐਡ ਕਰਦਾ ਹੁੰਨਾ ਮੈਂ ਸੋ ਹੁਣ ਆਪਾਂ ਜਦੋਂ ਉੱਥੇ ਕਰ ਰਹੇ ਆਂ ਤਾਂ ਆਪਾਂ ਨੂੰ ਅਲੱਗ ਤੋਂ ਇਸ ਕਲਾਸ ਦੇ ਵਿੱਚ ਐਡ ਕਰਨ ਦੀ ਜ਼ਰੂਰਤ ਨਹੀਂ ਤੁਹਾਡੇ ਨਾਲ ਦੀ ਨਾਲ MCQ ਵੀ ਉਧਰ ਕਵਰ ਹੋ ਰਹੇ ਨੇ ਠੀਕ ਹੈ ਜੀ ਸੋ ਸਾਰੇ ਮਿਕਸ ਕਵਰ ਹੋ ਰਹੇ ਨੇ ਉਹੀ MCQ ਮੈਂ ਇੱਧਰ ਐਡ ਕਰਦਾ ਹੁੰਨਾ ਮੈਂ ਜਿਹੜੇ ਪੰਜਾਬ ਦੇ ਪੀਟ ਪਲੱਸ ਵੀ ਦੇ ਪੁਰਾਣੇ ਪੇਪਰਾਂ 'ਚ ਹੁੰਦੇ ਨੇ ਠੀਕ ਹੈ ਤੁਸੀਂ ਉਹ ਕਲਾਸਾਂ ਵੀ ਮਿਸ ਨਹੀਂ ਕਰਦੀਆਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਮੈਂ ਜਿੰਨੀ ਇੰਪੋਰਟੈਂਟ ਤੁਹਾਡੇ ਲਈ ਇਹ ਕਲਾਸ ਆ ਉੰਨੀ ਹੀ ਪੀਟਪਲਸਵੀ ਦੇ 2021 ਦੇ ਜਾਂ ਉਸ ਤੋਂ ਪੁਰਾਣੇ ਪੇਪਰ ਨੇ ਉਹ ਸੀਰੀਜ਼ ਤੁਸੀਂ ਜਰੂਰ ਦੇਖਣੀ ਆ ਤੇ ਕੱਲੀ-ਕੱਲੀ ਕਲਾਸ ਦੇਖਣੀ ਆ 1173 ਦੇ ਵਿੱਚ ਕੀ ਹੋਇਆ ਜੀ 12ਵੀਂ ਸਦੀ ਵਿੱਚ ਕਥੋਵਾਲ ਨੇੜੇ ਮਲਤਾਨ ਵਿਖੇ ਪੈਦਾ ਹੋਏ ਬਾਬਾ ਫਰੀਦ ਇੱਕ ਸੂਫੀ ਗੁਰੂ ਅਤੇ ਸੰਤ ਸਨ ਹਾਂਜੀ ਪੀਟਪਲਸਵੀ ਦੇ ਕਲਰਕ ਪੇਪਰ ਦੇ ਵਿੱਚ ਇੱਕ ਇੱਕ ਕੁਐਸਚਨ ਬਣਿਆ ਹੋਇਆ ਵਾ ਜੀ ਕਹਿੰਦਾ ਜੀ ਬਾਬਾ ਫਰੀਦ ਦਾ ਜਨਮ ਕਿਹੜੀ ਸਦੀ ਦੇ ਵਿੱਚ ਹੋਇਆ ਸੀ ਦੇਖੋ ਉਹਨਾਂ ਨੇ 11ਵੀਂ ਸਦੀ ਦੇ ਤੀ 12ਵੀਂ ਸਦੀ ਦੇ ਦੇਣਗੇ 13ਵੀਂ ਸਦੀ ਦੇਣ ਦੇਣਗੇ 14ਵੀਂ ਸਦੀ ਦੇਣਗੇ ਠੀਕ ਆ ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ 1173 ਚ ਜਨਮ ਹੋਇਆ ਸੀ ਸੋ 12ਵੀਂ ਸਦੀ ਦੇ ਵਿੱਚ ਜਨਮ ਹੋਇਆ ਸੀ ਬਾਬਾ ਫਰੀਦਾ ਠੀਕ ਆ ਸੋ ਦੇਖੋ ਇਦਾਂ ਦਾ ਕੁਐਸਚਨ ਵੀ ਸੂਫੀਜ਼ਮ ਦੇ ਵਿੱਚ ਜਾਂ ਪੁਰਾਣੇ ਲਿਟਰੇਚਰ ਦੇ ਵਿੱਚ ਇਦਾਂ ਦਾ ਕੁਐਸਚਨ ਉਹਨਾਂ ਨੇ ਪੁੱਛ ਲਿਆ ਹੋਇਆ ਵਾ ਉਹਨਾਂ ਦਾ ਨਾਮ ਇੱਕ ਸੂਫੀ ਕਵੀ ਫਰੀਦੂਦੀਨ ਅਤਰ ਦੇ ਨਾਮ ਤੇ ਪਿਆ ਸੀ ਤਾਂ ਉਹਨਾਂ ਨੂੰ ਸ਼ੰਕਰਗੰਜ ਜਾਂ ਗਾਂਜੇ ਸ਼ੰਕਰ ਚੀਨੀ ਜਾਂ ਖੰਡ ਦੀ ਖਾਣ ਦੀ ਉਪਾਧੀ ਵੀ ਮਿਲੀ ਸੀ ਠੀਕ ਹੈ ਪੇਪਰ ਚ ਕੁਐਸਚਨ ਆ ਸਕਦਾ ਜਿਹੜੀ ਚੀਜ਼ ਮੈਂ ਰੈੱਡ ਕੀਤੀ ਆ ਤੁਸੀਂ ਉਹੀ ਯਾਦ ਕਰਨੀ ਆ ਬਾਕੀ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਜਿਹੜੀ ਮੈਂ ਰੈੱਡ ਤੇ yellow ਜਾਂ green ਕੀਤੀ ਹੁੰਦੀ ਆ ਉਹ ਤੁਸੀਂ ਜ਼ਰੂਰ ਯਾਦ ਕਰਨੀ ਆ ਕਿਉਂਕਿ ਪੇਪਰ ਦੇ ਵਿੱਚ ਉਹ ਕੁਐਸਚਨ ਪਿਛਲੇ ਪੇਪਰਾਂ ਚ ਜਾਂ ਤਾਂ ਬਣੇ ਹੁੰਦੇ ਨੇ ਜਾਂ ਅੱਗੇ ਬਣਨ ਦੀ ਸੁਭਾਵਨਾ ਹੁੰਦੀ ਆ ਮੈਂ PDF ਉਸ ਹਿਸਾਬ ਦੇ ਨਾਲ ਹੀ ਤਿਆਰ ਕੀਤੀ ਆ ਤੁਹਾਡੇ ਲਈ ਕਿ ਤੁਹਾਨੂੰ ਜਦੋਂ ਤੁਸੀਂ PDF ਪੜਹੋਂਦਾ ਤੁਹਾਨੂੰ ਇਦਾਂ ਨਾ ਹੋਵੇ ਵੀ ਅਸੀਂ ਹੁਣ ਇੰਨਾ ਕਿਦਾਂ ਪੜਹੀਏ ਕਿਹਨੂੰ ਪੜਹੀਏ ਕਿਹਨੂੰ ਛੱਡੀ ਟਾਰਗੇਟ ਪਹਿਲੀ ਰੀਡਿੰਗ ਦੇ ਵਿੱਚ ਉਹੋ ਚੀਜ਼ਾਂ ਤੇ ਧਿਆਨ ਦੇਣਾ ਹੁੰਦਾ ਨੈਕਸਟ ਆ ਗਿਆ ਹਾਂਜੀ ਪੇਪਰ ਦੇ ਵਿੱਚ ਆਊਗਾ ਕਿ ਉਹਨਾਂ ਕਿੰਨਾ ਦੇ ਚੇਲੇ ਸੀ ਉਹਨਾਂ ਖਵਾਜਾ ਕুতਬਦੀਨ ਬਖਤਿਆਰ ਕਾਕੀ ਜੀ ਦੇ ਆਪਣੇ ਚੇਲੇ ਸੀਗੇ ਇਹ ਠੀਕ ਆ ਜੋ ਕਿ ਜਿਹੜੇ ਆਪਣੇ ਖਵਾਜਾ ਕুতਬਦੀਨ ਬਖਤਿਆਰ ਕਾਕੀ ਜੀ ਦੇ ਚੇਲੇ ਸੀ ਜੋ ਕਿ ਅੱਗੋਂ ਸੂਫੀ ਘਰਾਣੇ ਦੇ ਜਿਹੜੇ ਮੋਢੀ ਸੀਗੇ ਖਵਾਜਾ ਮੋਇਨਦੂਨ ਚਿਸ਼ਤੀ ਜੀ ਸੀ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਸੀ ਠੀਕ ਆ ਸੋ ਇਹ ਯਾਦ ਕਰਨੇ ਆ ਤੁਸੀਂ ਦੋਨੇ ਨਾਮ ਪੰਜਾਬੀ ਭਾਸ਼ਾ ਵਿੱਚ ਉਹਨਾਂ ਦਾ ਨਾਂ ਪਹਿਲੇ ਕਵੀ ਵਜੋਂ ਦਰਜ ਹੈ ਉਹਨਾਂ ਦੀ ਪੰਜਾਬੀ ਸਾਇਤ ਨੂੰ ਮਹੱਤਵਪੂਰਨ ਦੇਣ ਪੰਜਾਬ ਪੰਜਾਬੀ ਨੂੰ ਲਿਖਤਕਾਰਾਂ ਲਈ ਵਿਕਸਿਤ ਕਰਨਾ ਹੈ ਠੀਕ ਹੈ ਜੀ ਸੋ ਇਹ ਹੋ ਗਿਆ ਸੋ ਇਹਦੇ ਵਿੱਚ ਇੰਪੋਰਟੈਂਟ ਉਹੀ ਆ ਜਿਹੜਾ ਮੈਂ yellow ਕੀਤਾ ਵਾ ਤੇ red ਕੀਤਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਬਾ ਫਰੀਦ ਦੀ ਕਾਵ ਰਚਨਾ ਪਿਆਰ ਅਤੇ ਲਗਨ ਦਾ ਸੁਨੇਹਾ ਦਿੰਦੀ ਆ ਉਹਨਾਂ ਦੀ ਬਾਣੀ ਦਾ ਮੁੱਖ ਰੂਪ ਕੀ ਆ ਚਾਰ ਸ਼ਬਦ ਮੰਤਰ ਅਤੇ 112 ਸ਼ਲੋਕ ਦਰਜ ਨੇ ਠੀਕ ਆ ਜੋ ਕਿ ਦੁਨਿਆਵੀ ਮਾਇਆ ਮੋਹ ਪ੍ਰਤੀ ਸਾਡੇ ਝੂਠੇ ਆਕਰਸ਼ਣ ਦਾ ਪ੍ਰਗਟਾਵਾ ਕਰਦੇ ਨੇ ਸੋ ਇਹ ਤੁਸੀਂ ਕਰ ਲੈਣਾ ਵਾ ਠੀਕ ਹੈ ਜੀ ਅਗਲਾ ਆ ਗਿਆ ਜੀ ਹੁਣ ਗੁਰਦਾਨਕ ਦੇਵ ਜੀ ਆਪਣੇ ਸਿੱਖ ਧਰਮ ਦੇ ਜੋ ਪਹਿਲੇ ਗੁਰੂ ਸੀਗੇ ਉਹਨਾਂ ਦਾ ਜੋ ਆਪਣਾ ਕੀ ਯੋਗਦਾਨ ਰਿਹਾ ਵਾ ਪੰਜਾਬੀ ਸਾਹਿਤ ਨੂੰ ਪ੍ਰਾਤਨ ਇਤਿਹਾਸ ਦੇ ਵਿੱਚ ਠੀਕ ਹੈ ਜੀ ਸੋ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦਿੱਤਾ ਉਹ ਵੀ ਇੱਕ ਮਹਾਨ ਕਵੀ ਸੀ ਠੀਕ ਆ ਉਹਨਾਂ ਨੇ ਸੰਸਕ੍ਰਿਤ ਅਰਬੀ ਪਾ ਫਾਰਸੀ ਅਤੇ ਹੋਰਨਾਂ ਭਾਸ਼ਾਵਾਂ ਤੋਂ ਲੈ ਕੇ ਪੰਜਾਬੀ ਦੀ ਗੁਰਬਾਣੀ ਦੀ ਰਚਨਾ ਕੀਤੀ ਸੀ ਠੀਕ ਆ ਜੋ ਆਪਾਂ ਪਹਿਲਾਂ ਪੜ੍ਹਿਆ ਹੀ ਹੋਇਆ ਵਾ ਗੁਰੂ ਨਾਨਕ ਦੇਵ ਜੀ ਦਾ ਜਦੋਂ ਆਪਾਂ ਟੌਪਿਕ ਕੀਤਾ ਸੀ ਗੁਰੂ ਜੀ ਦੀਆਂ ਰਚਨਾਵਾਂ ਕੀ ਸੀ ਜੀ ਗੁਰੂ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਸੀ ਸਿੱਧ ਕੋਸ਼ ਦੱਖਣੀ ਓਕਾਰ ਕੀਰਤਨ 16 ਤੇ 12 ਵਾ ਪੇਪਰ ਦੇ ਵਿੱਚ ਐਜ਼ ਇਟ ਤੁਸੀਂ ਨਾਮ ਇਹ ਯਾਦ ਕਰਦੇ ਆ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆਉਂਦੇ ਨੇ ਇਹਦੇ ਵਿੱਚ ਇਹ ਤੁਹਾਨੂੰ ਯਾਦ ਸਾਰਾ ਹੀ ਕਰਨੇ ਪੈਣੇ ਆ ਜਿਹੜੇ ਮੈਂ ਰੈੱਡ ਕੀਤੇ ਨੇ ਠੀਕ ਆ ਜੀ ਇਸ ਟਾਈਮ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਕੀ ਯੋਗਦਾਨ ਆਪਣਾ ਇਹਦੇ ਵਿੱਚ ਠੀਕ ਆ ਲਿਟਰੇਚਰ ਦੇ ਵਿੱਚ ਵੈਸੇ ਆਪਾਂ ਅਲੱਗ ਤੋਂ ਵੀ ਇਹ ਕੀਤੇ ਹੋਏ ਨੇ ਬਟ ਮੈਂ ਲਿਟਰੇਚਰ ਦੇ ਵਿੱਚ ਗੱਲ ਕਰਾਂਗੇ ਸਾਹਿਤ ਦੇ ਵਿੱਚ ਕੀ ਯੋਗਦਾਨ ਦਾ ਗੁਰੂ ਅਰਜਨ ਦੇਵ ਜੀ ਆ ਗੁਰੂ ਅਰਜਨ ਦੇਵ ਜੀ ਜੋ ਕਿ ਸਿੱਖਾਂ ਦੇ ਆਪਣੇ ਪੰਜਵੇਂ ਗੁਰੂ ਸੀ ਉਹਨਾਂ ਨੇ ਸਭ ਤੋਂ ਵਿਲੱਖਣ ਰਚਨਾ ਸੀ ਆਦ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ਉਹਨਾਂ ਨੇ ਆਪ ਪੜਿਆ ਸੀ ਇਹਦੇ ਵਿੱਚ ਗੁਰਨਾ ਗੁਰੂ ਅਰਜਨ ਦੇਵ ਜੀ ਤੋਂ ਬਿਨਾ ਚਾਰ ਗੁਰੂਆਂ ਦੀ ਬਾਣੀ ਵੀ ਦਰਜ ਸੀ ਠੀਕ ਆ ਇਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਸੰਤਾਂ ਤੇ ਭਗਤਾਂ ਜਿਵੇਂ ਕਿ ਸ਼ੇਖ ਫਰੀਦ ਦੀ ਠੀਕ ਆ ਭਗਤ ਰਵਿਦਾਸ ਦੀ ਬਾਣੀ ਵੀ ਸ਼ਾਮਿਲ ਹੈ ਗੁਰੂ ਜੀ ਨੇ 30 ਰਾਗਾਂ ਦੇ ਵਿੱਚ ਇਹ ਬਾਣੀ ਰਚੀ ਰਚਨਾਵਾਂ ਹੁਣ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਨੇ ਆਦ ਗ੍ਰੰਥ ਸਾਹਿਬ ਜੀ ਸੁਖਮਣੀ ਸਾਹਿਬ ਜੀ ਗੌੜੀ ਮੰਜ ਅਤੇ 12 ਅੱਖਰ ਇਹ ਤੁਸੀਂ ਐਜ਼ ਐ ਇਟ ਸਾਰੇ ਦੇ ਸਾਰੇ ਯਾਦ ਕਰਨੇ ਨੇ ਪੇਪਰ ਦੇ ਵਿੱਚ ਕੋਈ ਵੀ ਰਿਪੀਟ ਹੋ ਸਕਦਾ ਵਾ ਠੀਕ ਆ ਸੋ ਇਹਦੇ ਵਿੱਚ ਤੁਸੀਂ ਉਹ ਨਹੀਂ ਹੋਣਾਗਾ ਠੀਕ ਆ ਕੋਲ ਨਹੀਂ ਕਰਦੇਗੇ ਤੁਸੀਂ ਇਹਦੇ ਵਿੱਚ ਭਾਈ ਗੁਰਦਾਸ ਜੀ ਠੀਕ ਆ ਜੀ ਸੋ ਆਦ ਇੱਕ ਜਿਆਦਾ 1510 ਤੋਂ ਲੈ ਕੇ 1636 ਉਹ ਇੱਕ ਪੰਜਾਬੀ ਆਪਣੇ ਸਿੱਖ ਲੇਖਕ ਪ੍ਰਚਾਰਕ ਅਤੇ ਧਾਰਮਿਕ ਹਸਤੀ ਸਨ ਸਿੱਖੀ ਦੇ ਆਰੰਭ ਵਿੱਚ ਉਹ ਮੁੱਖ ਸ਼ਖਸੀਅਤ ਮੰਨੇ ਜਾਂਦੇ ਸੀ ਹਾਂ ਜੀ 1579 ਦੇ ਵਿੱਚ ਕੀ ਹੋਇਆ ਤਾਂ ਗੁਰੂ ਰਾਮਦਾਸ ਜੀ ਦੇ ਪ੍ਰਭਾਵ ਹੇਠ ਉਹ ਸਿੱਖੀ ਦੇ ਵਿੱਚ ਆਗੇ ਸੀ ਉਹਨਾਂ ਨੇ ਕੀ ਕੀਤਾ ਜੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਆਦਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਕੀਤੀ ਸੀ ਸਾ ਉਹਨਾਂ ਨੇ ਪਹਿਲੀ ਲਿਖਤ ਤਿਆਰ ਕੀਤੀ ਸੀਗੀ ਇਹਦੀ ਠੀਕ ਹੈ ਜੀ ਆਦਗ੍ਰੰਥ ਸਾਹਿਬ ਜੀ ਦੀ ਆਪਾਂ ਨੂੰ ਪੇਪਰ ਦੇ ਵਿੱਚ ਵੀ ਕੁਐਸਚਨ ਆਉਂਦਾ ਹੁੰਦਾ ਨਾ ਸੋ ਉਹਦੇ ਉਹਦੇ ਵਿੱਚ ਵੀ ਆਪਣਾ ਪੇਪਰ ਦੇ ਵਿੱਚ ਪਹਿਲੀ ਲਿਖਤ ਕਿੰਨਾਂ ਨੇ ਤਿਆਰ ਕੀਤੀ ਸੀ ਸੋ ਇਹਦੇ ਵਿੱਚ ਆਪਣਾ ਆਵਾ ਭਾਈ ਗੁਰਦਾਸ ਜੀ ਠੀਕ ਹੈ ਪੇਪਰ ਤੇ ਡਾਇਰੈਕਟ ਕੁਐਸਚਨ ਬਣਦਾ ਇਹ ਹੱਥ ਲਿਖਤ ਜਿਹੜੀ ਬੀੜਵਾ ਹੁਣ ਆਪਣੇ ਜ਼ਿਲ੍ਹਾ ਜਲੰਧਰ ਵਿੱਚ ਕਰਤਾਰਪੁਰ ਵਿਖੇ ਜਿਹੜੇ ਆਪਣੇ ਗੁਰੂ ਜੀ ਨੇ ਉਹਨਾਂ ਦੇ ਉੱਤਰਧਕਾਰੀਆਂ ਕੋਲ ਸੰਭਾਲੀ ਪਈ ਹੈ ਉਹ ਪੁਰਾਤਨ ਇਤਿਹਾਸ ਅਤੇ ਫਲਸਫੇ ਦੇ ਮਹਾਨ ਗਿਆਨੀ ਸੀ ਠੀਕ ਹੈ ਜੀ ਸੋ ਭਾਈ ਗੁਰਦਾਸ ਜੀ ਹੁਣ ਇਹਨਾਂ ਦੀਆਂ ਰਚਨਾਵਾਂ 12 ਅਤੇ ਕਵਿਤ ਸਵਈਏ ਇਹ ਤੁਸੀਂ ਐਜ਼ ਐਟ ਸਾਰੇ ਦੋਨੇ ਯਾਦ ਕਰ ਲੈਣੇ ਆ ਜਿਆਦਾ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹਨਾਂ ਦੇ ਉੱਤੇ ਇਹੀ ਦੋ ਤਿੰਨ ਕੁਐਸਚਨ ਬਣਦੇ ਨੇ ਹੁਣ ਸ਼ਾਹ ਹੁਜੈਨ ਇਨਾਂ ਦੇ ਉੱਤੇ ਵੀ ਪੇਪਰ ਦੇ ਵਿੱਚ ਪੰਜਾਬ ਜੀਕੇ ਦੇ ਵਿੱਚ ਕੁਐਸਚਨ ਬਣਦੇ ਨੇ ਠੀਕ ਆ ਸੋ ਇਹ ਵੀ ਤੁਸੀਂ ਚੰਗੀ ਤਰ੍ਹਾਂ ਕਰਨਾ ਵਾ ਸ਼ਾਹ ਹੁਸੈਨ ਦਾ ਜਨਮ 1538 ਤੋਂ ਲੈ ਕੇ 1599 ਤੱਕ ਸੀ ਠੀਕ ਆ ਜੀ ਇਹਨਾਂ ਦੇ ਸੋ ਜੀ ਪਾਕਿਸਤਾਨ ਲਾਹੌਰ ਦੇ ਵਿੱਚ ਸ਼ਾਹ ਹੁਸੈਨ ਜੀ ਦਾ ਜਨਮ ਹੋਇਆ ਠੀਕ ਆ ਇੱਕ ਪੰਜਾਬੀ ਸੂਫੀ ਕਵੀ ਸੀ ਉਹ ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਵੀ ਗੂੜੇ ਮਿੱਤਰ ਸੀ ਠੀਕ ਆ ਜੀ ਹੁਣ ਅੱਗੇ ਦੇਖੋ ਆਪ ਨੂੰ ਪੰਜਾਬੀ ਭਾਸ਼ਾ ਵਿੱਚ ਕਾਫੀ ਰੂਪ ਦੀ ਰਚਨਾ ਦਾ ਜਨਮਦਾਤਾ ਮੰਨਿਆ ਜਾਂਦਾ ਵਾ ਇਹਨਾਂ ਦੀਆਂ ਕਾਫੀਆਂ ਵਿੱਚ ਵਰਤੇ ਸੰਕੇਤ ਜੁਲਾਹੇ ਦੀ ਰੋਜ਼ਮਾਰ ਜ਼ਿੰਦਗੀ ਨਾਲ ਸੰਬੰਧਦਾ ਹੈ ਹੁਸੈਨ ਦੀ ਕਾਫੀ ਕੁਝ ਲੈਮਾ ਹੀ 17 ਹਨ ਇਹਨਾਂ ਵਿੱਚੋਂ ਕਈ ਕਾਫੀਆਂ ਰਵਾਇਤੀ ਕੰਗਵਾਲਾਂ ਵਜੋਂ ਵਰਤੇ ਨੇ ਸੋ ਇਹਦੇ ਵਿੱਚ ਕੋਈ ਖਾਸ ਇੰਪੋਰਟੈਂਟ ਚੀਜ਼ ਨਹੀਂ ਸਿਰਫ ਆਹੀ ਆ ਜੇਕਰ ਆਪਾਂ ਨੂੰ ਕਾਫ ਰੂਪ ਦੀ ਰਚਨਾ ਦਾ ਜਨਮਦਾਤਾ ਕੌਣ ਮੰਨਿਆ ਜਾਂਦਾ ਵਾ ਸੋ ਸਾਹ ਹੁਸੈਨ ਠੀਕ ਹੈ ਇਹਦੇ ਵਿੱਚ ਇਹੀ ਚੀਜ਼ ਇੰਪੋਰਟੈਂਟ ਬਣਦੀ ਆ ਨੈਕਸਟ ਆ ਗਿਆ ਉਹਨਾਂ ਦੀਆਂ ਹੋਰ ਰਚਨਾਵਾਂ ਕਿਹੜੀਆਂ ਨੇ ਉਹਨਾਂ ਦੀਆਂ ਹੋਰ ਰਚਨਾਵਾਂ ਹੈਗੀਆਂ ਨੇ ਜੀ ਆਪਣਾ ਅੱਗੇ ਨੇ ਡੂੰਗੀ ਆਖਨੀ ਮਾਈਂ ਆਖ ਆਪ ਨੂੰ ਪਛਾਣ ਬੰਦੇ ਅਮਲਾਂ ਦੇ ਉੱਪਰ ਹੋਣਗੇ ਨਵੇੜੇ ਆ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਅਮਲਾਂ ਦੇ ਉੱਪਰ ਹੋਣਗੇ ਨਵੇੜੇ ਮਾਈਂੀ ਮਾਈਂੀ ਮਨ ਕਿਨੂੰ ਆਖਾ ਇੱਕ ਦਿਨ ਤੈਨੂੰ ਸੁਪਨਾ ਵੀ ਜਾ ਸੋ ਇਹ ਵਾਲਾ ਤੁਸੀਂ ਯਾਦ ਕਰ ਲੈਣੇ ਆ ਠੀਕ ਹੈ ਜੀ ਸੋ ਸਾਰੇ ਯਾਦ ਕਰਨ ਦੀ ਨਹੀਂ ਜ਼ਰੂਰਤ ਹੁੰਦੀਗੀ ਸੋ ਇਹ ਵਾਲਾ ਤੁਸੀਂ ਯਾਦ ਕਰ ਲਓ ਜਿਹੜਾ ਮੈਂ ਤੁਹਾਨੂੰ ਕਿਹਾ ਅਮਲਾਂ ਦੇ ਉੱਪਰ ਹੋਣਗੇ ਨਵੇੜੇ ਕਿਉਂਕਿ ਇਹ ਪੇਪਰ ਦੇ ਵਿੱਚ ਕੁਐਸਚਨ ਬਣਿਆ ਹੋਇਆ ਵਾ ਨੈਕਸਟ ਆ ਗਿਆ ਜੀ ਸਾਡਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਯੋਗਦਾਨ ਸੀ ਠੀਕ ਆ ਜੀ 1662 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾਈ ਸੀ ਆਪਾਂ ਕੀਤਾ ਹੋਇਆ ਵਾ ਟਾਪਿਕ ਵੈਸੇ ਹੁਣ ਆਪਾਂ ਸਾਹਿਤ ਦੇ ਨਜ਼ਰੀਏ ਤੋਂ ਦੇਖਾਂਗੇ ਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਜਿਹੜੀਆਂ ਸੀ ਉਹ ਦਸਵੇਂ ਪਾਤਸ਼ਾਹ ਦੇ ਗ੍ਰੰਥ ਦੇ ਵਿੱਚ ਸ਼ਾਮਲਾ ਜਿਹਨੂੰ ਆਪਾਂ ਕਿ ਦਸਮ ਗ੍ਰੰਥ ਵੀ ਕਹਿੰਦੇ ਆ ਇਹ ਇਹ ਮੰਤਰਾਂ ਫਲਸਫੇ ਗੁਰੂ ਸਾਹਿਬ ਦੇ ਜੀਵਨ ਗਾਥਾ ਤੇ ਹੋਰ ਲੇਖਤਾਂ ਦਾ ਸੁਮੇਲ ਆ ਉਨ੍ਹਾਂ ਲਈ ਕਾਵ ਦਾ ਅਰਥ ਹੁੰਦਾ ਹੈ ਉਸ ਅਦੁੱਤੀ ਗੁਰੂ ਨੂੰ ਪਛਾਣਨਾ ਅਤੇ ਅਸਲ ਵਿੱਚ ਉਸ ਸਰਵ ਸ਼ਕਤੀਮਾਨ ਨੂੰ ਆਪਣਾ ਕਰਨਾ ਮਹਿਸੂਸ ਕਰਨਾ ਉਹਨਾਂ ਦੇ ਉਹਨਾਂ ਵਿੱਚ ਗੁਰੂ ਦੀ ਸਾਧਨਾ ਤੇ ਜੋਰ ਦਿੱਤਾ ਤੇ ਉਹਨਾਂ ਨੇ ਮੂਰਤੀ ਪੂਜਾ ਤੇ ਅੰਧ ਵਿਸ਼ਵਾਸ ਦਾ ਵਿਰੋਧ ਕੀਤਾ ਇਹ ਇੰਪੋਰਟੈਂਟ ਬਣਦਾ ਵਾ ਠੀਕ ਹੈ ਇਹ ਤੁਸੀਂ ਯਾਦ ਕਰ ਲੈਣਾ ਵਾ ਹੁਣ ਇਹਨਾਂ ਦੀਆਂ ਰਚਨਾਵਾਂ ਤੁਹਾਨੂੰ ਸਾਰੀਆਂ ਯਾਦ ਕਰਲੀਆਂ ਪੈਣੀਆਂ ਮੈਂ ਬਾਰ-ਬਾਰ ਕਹਿ ਰਿਹਾ ਜਿਹੜੀ ਆਪਣੇ ਗੁਰੂ ਸਾਹਿਬ ਦੀਆਂ ਜਿੰਨੀਆਂ ਵੀ ਪਹਿਲੇ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਦੀਆਂ ਜਿੰਨੀਆਂ ਵੀ ਰਚਨਾਵਾਂ ਨੇ ਨਾ ਸਾਰੀਆਂ ਤੁਹਾਨੂੰ ਐਜ਼ ਇਟ ਯਾਦ ਕਰਨੀਆਂ ਪੈਣੀਆਂ ਕਿਉਂਕਿ ਪੇਪਰ ਦੇ ਵਿੱਚ ਕੋਈ ਵੀ ਆ ਸਕਦਾ ਸੋ ਕੁਝ ਤਾਂ ਤੁਹਾਨੂੰ ਯਾਦ ਵੀ ਹੋਣੀਆਂ ਠੀਕ ਹੈ ਪਤਾ ਵੀ ਹੋਣੀਆਂ ਤੁਹਾਨੂੰ ਰਚਨਾਵਾਂ ਦੇ ਵਿੱਚ ਇਹ ਚ ਜਪ ਸਾਹਿਬ ਆ ਗਿਆ ਆਪਣਾ ਅਕਾਲ ਉਸਤਤ ਆ ਗਿਆ ਬਚਿੱਤਰਨਾਟਕ ਚੰਡੀ ਵਾ ਚੰਡੀ ਚਰਿੱਤਰ ਚੰਡੀ ਦੀ ਬਾਾਰ ਗਿਆਨ ਪ੍ਰਬੋਧ 24 ਅਵਤਾਰ ਖਾਲਸੇ ਦੀ ਮਹਿਮਾ ਸਵਾਈਬੀਏ ਤੇ ਜਫਰਨਾਮਾ ਹੁਣ ਇਹਦੇ ਵਿੱਚ ਜ਼ਿਆਦਾਤਰ ਕਿਹੜੇ ਪੁੱਛੇ ਜਾਂਦੇ ਨੇ ਜਫਰਨਾਮਾ ਪੁੱਛਣਗੇ ਜਪ ਸਾਹਿਬ ਪੁੱਛਣਗੇ ਬਚਿੱਤਰਨਾਟਕ ਆਊਗਾ ਚੰਡੀ ਦੀ ਬਾਾਰ ਆਊਗਾ ਠੀਕ ਆ ਇਹ ਜ਼ਿਆਦਾਤਰ ਖਾਲਸੇ ਦੀ ਮਹਿਮਾ ਇਹ ਜ਼ਿਆਦਾ ਤੋਂ ਜ਼ਿਆਦਾ ਰਿਪੀਟ ਹੁੰਦੇ ਨੇ ਠੀਕ ਆ ਜੀ ਸੋ ਇਹ ਤੁਸੀਂ ਕਰ ਲੈਣੇ ਨੇ ਨੈਕਸਟ ਕਰਦੇ ਹਾਂ ਜੀ ਆਪਾਂ ਹੁਣ ਆਪਾਂ ਕਿਹਦੇ ਬਾਰੇ ਪੜਾਂ ਹੁਣ ਆਪਾਂ ਜੀ ਬੁੱਲੇ ਸ਼ਾਹ ਬਾਰੇ ਪੜ ਰਹੇ ਹਾਂ ਠੀਕ ਆ ਬੁੱਲੇ ਸ਼ਾਹ ਜੀ ਦਾ ਜਨਮ 1780 ਚ ਹੋਇਆ ਸੀ ਤੇ 1757 ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ ਸੋ ਉਹ ਇੱਕ ਪੰਜਾਬੀ ਸੂਫੀ ਕਵੀ ਗਿਆਨੀ ਅਤੇ ਮਾਨ ਵਾਦੀ ਅਧਿਕਾਰਾਂ ਦੇ ਮਾਲਕ ਸੀ ਉਹ ਕਾਦਰੀ ਖਾਨੇ ਦੇ ਫਰਕੀਰ ਸੀ ਹੁਣ ਮੇਨ ਇਹਦੇ ਵਿੱਚ ਆ ਗਿਆ ਪੇਪਰ ਦੇ ਵਿੱਚ ਅੱਜ ਕੱਲ ਚੇਲਿਆਂ ਦੇ ਉੱਤੇ ਕੁਐਸਚਨ ਆ ਰਹੇ ਨੇ ਕਿ ਉਹ ਕਿਹਨਾਂ ਦੇ ਚੇਲੇ ਸੀ ਬੁੱਲੇ ਸ਼ਾਹ ਕਿਹਨਾਂ ਦੇ ਚੇਲੇ ਸੀ ਸ਼ਾ ਇਨਾਇਤ ਦੇ ਚੇਲੇ ਸੀ ਇਹ ਤੁਸੀਂ ਯਾਦ ਕਰਨਾ ਵਾ ਉਹਨਾਂ ਦੀ ਕਾਵ ਰਚਨਾ ਕੀ ਆ ਕਿ ਹਰ ਤਰ੍ਹਾਂ ਦੀ ਧਾਰਮਿਕ ਦੇ ਰੂੜੀਵਾਦੀ ਸੋਚ ਤੇ ਕਰਾਰੀ ਚੋਟ ਕਰਨਾ ਉਹਨਾਂ ਨੇ ਆਪਣੇ ਸਮੇਂ ਦੇ ਸ਼ਾਸਕਾਂ ਦੀ ਧਾਰਮਿਕ ਅਸਹਿਣਸ਼ੀਲਤਾ ਤੇ ਜ਼ਾਲਮਾਨਾ ਵਰਤਾਰੇ ਖਿਲਾਫ ਬੜੀ ਬਹਾਦਰੀ ਅਤੇ ਧਰਮ ਨਿਰਪੇਖਤਾ ਦੇ ਨਾਲ ਨਾਵਲ ਲਿਖੀਆਂ ਸੀਆਂ ਸੋ ਉਹਨਾਂ ਨੇ ਕੀ ਕੀਤਾ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਵੀ ਜਿਵੇਂ ਸ਼ਾਹ ਹੁਸੈਨ ਦੀਆਂ ਰਚਨਾਵਾਂ ਸੀ ਨਾ ਸੇਮ ਟੂ ਸੇਮ ਓਵੇਂ ਹੀ ਹੁੰਦੀਆਂ ਸੀ ਸੋ ਉਹਦਾ ਰਚਨਾਵਾਂ ਸੀਗੀਆਂ ਦੋਹਰੇ 12ਵਾਂ 18 ਤੇ ਸ਼ਿਬਰਫੀ ਠੀਕ ਆ ਸੋ ਇਹ ਤੁਸੀਂ ਐਜ਼ ਇਟ ਯਾਦ ਕਰ ਲੈਣੇ ਆ ਸੋ ਮੱਕੇ ਗਿਆ ਹੁਣ ਦੀ ਰਚਨਾਵਾਂ ਇਹਨਾਂ ਦੀਆਂ ਬਹੁਤ ਇੰਪੋਰਟੈਂਟ ਬਣਦੀਆਂ ਨੇ ਮੱਕੇ ਗਿਆ ਗੱਲ ਨਹੀਂ ਮੁੱਕਦੀ ਇਹ ਤੁਸੀਂ ਬੁੱਲਾ ਕੀ ਜਾਣਾ ਮੈਂ ਕੌਣ ਮੈਂ ਜਾਣਾ ਜੋਗੀ ਦੇ ਨਾਲ ਇਸ਼ਕ ਦੀ ਨਵੀਂ ਨਵਿਓ ਨਵੀਂ ਬਹਾਰ ਇੱਕ ਮਨੁੱਖਤੇ ਵਿੱਚ ਗੱਲ ਨਹੀਂ ਬਣਦੀ। ਸੋ ਇਹਦੇ ਵਿੱਚ ਜ਼ਿਆਦਾਤਰ ਆਹ ਦੋ ਰਿਪੀਟ ਹੁੰਦੀਆਂ ਮੱਕੇ ਗਿਆ ਗੱਲ ਨਹੀਂ ਮੁੱਕਦੀ ਇੱਕ ਇਹ ਤੇ ਇੱਕ ਬੁੱਲਾ ਕੀ ਜਾਣੇ ਮੈਂ ਕੌਣ। ਸੋ ਇਹ ਦੋ ਜ਼ਿਆਦਾ ਤੋਂ ਜ਼ਿਆਦਾ ਆਪਣੇ ਪੇਪਰ ਦੇ ਵਿੱਚ ਰਿਪੀਟ ਹੁੰਦੀ ਆ ਬੁੱਲੇ ਸ਼ਾਹ ਦੀ। ਠੀਕ ਹੈ ਜੀ। ਪੀਟਰ ਪਲੱਸ ਵੀ ਕਲਰਕ ਦੇ ਵਿੱਚ ਸ਼ਾਇਦ ਪੀਟਰ ਪੈਸਿਵ ਦੇ ਵਿੱਚ ਇਹ ਵਾਲਾ ਕੁਐਸਚਨ ਆ ਗਿਆ ਹੋਇਆ ਮੱਕੇ ਗਿਆ ਗੱਲ ਨਹੀਂ ਮੁੱਕਦੀ ਠੀਕ ਹੈ ਜੀ। ਕਿੰਨਾ ਦੀ ਰਚਨਾਮਾ ਇਹ ਇਹ ਹੈਗੀ ਆਪਣੀ ਅ ਬੁੱਲੇ ਸ਼ਾਹ ਜੀ ਦੀ ਠੀਕ ਹੈ ਜੀ ਹੁਣ ਨੈਕਸਟ ਆ ਗਿਆ ਜੀ ਸਾਡਾ ਵਾਰਿਸ ਸ਼ਾਹ ਵਾਰਿਸ ਸ਼ਾਹ ਬਾਰੇ ਕਰ ਰਹੇ ਹਾਂ ਜੀ ਆਪਾਂ 1722 ਤੋਂ ਲੈ ਕੇ 98 ਤੱਕ ਇੰਪੋਰਟੈਂਟ ਬਣਦਾ ਵਾ ਇਹ ਪਾਕਿਸਤਾਨ ਦੇ ਜੰਡਿਆਲਾ ਸ਼ੇਰਖਾਨ ਵਿਖੇ ਪੈਦਾ ਹੋਏ ਉਹ ਇੱਕ ਪ੍ਰਸਿੱਧ ਸੂਫੀ ਸੀ ਠੀਕ ਹੈ ਜੀ ਚਿਸ਼ਤੀ ਘਰਾਣੇ ਨਾਲ ਸੰਬੰਧ ਰੱਖਦੇ ਸੀ ਉਹ ਤੇ ਉਹ ਕਸੂਰ ਦੇ ਪੀਰ ਮੱਕ ਦੂਰ ਦੇ ਚੇਲੇ ਸਨ ਇਹ ਤੁਸੀਂ ਨਾਮ ਯਾਦ ਕਰਨਾ ਮੈਂ ਇਹਨਾਂ ਦਾ ਹੁਣ ਪੇਪਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੁਐਸਚਨ ਕੀ ਬਣਦਾ ਕਿ ਜਿਹੜੀ ਹੀਰ ਰਾਂਝਾ ਦੀ ਰਚਨਾ ਕਿਹਨੇ ਕੀਤੀ ਸੀ ਵਾਰਿਸ ਸ਼ਾਹ ਨੇ ਕੀਤੀ ਸੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਨੈਕਸਟ ਆਪਣਾ ਆਜੇਗਾ ਜੀ ਇਹਦੇ ਵਿੱਚ ਉਹਨਾਂ ਨੂੰ ਪੰਜਾਬ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਵਾ ਬਹੁਤ ਮੋਸਟ ਇੰਪੋਰਟੈਂਟ ਕਰਕੇ ਇਹਨੂੰ ਨੋਟ ਕਰ ਲਓ ਇਹ ਦੋ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਕਿਉਂਕਿ ਵਾਰਿਸ ਸ਼ਾਹ ਦੇ ਉੱਤੇ ਇਹ ਦੋ ਚੀਜ਼ਾਂ ਬਹੁਤ ਵਾਰ ਪੇਪਰ 'ਚ ਰਿਪੀਟ ਹੋਈਆਂ ਨੇ ਉਹ ਆਪਣੀਆਂ ਰੋਮਾਂਟਿਕ ਰਚਨਾਵਾਂ ਵਿੱਚ ਉਹਨਾਂ ਨੇ ਇੱਕ ਕੁੜੀ ਭਾਗ ਭਰੀ ਪ੍ਰਤੀ ਅਸੀਮ ਪਿਆਰ ਦਾ ਜ਼ਿਕਰ ਕੀਤਾ ਉਹਨਾਂ ਦੀਆਂ ਰਚਨਾਵਾਂ ਪੰਜਾਬੀ ਮੁਹਾਵਰੇ ਆਖਾਣਾ ਤੇ ਖੋਤਾਂ ਦਾ ਭੰਡਾਰ ਆ ਉਹਨਾਂ ਦੀਆਂ ਕਈ ਅਖੋਤਾਂ ਸਿੱਖਿਆ ਮੌਲਿਕ ਸਿੱਖਿਆਵਾਂ ਦੇ ਸਰੋਤ ਵਜੋਂ ਵੀ ਜਾਣੀਆਂ ਜਾਂਦੀਆਂ ਨੇ ਠੀਕ ਆ ਜੀ ਹੁਣ ਜਿੱਦਾਂ ਕਿ ਆ ਹੁੰਦਾ ਨਾ ਬਾਰਿਸ਼ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਠੀਕ ਆ ਸੋ ਇਹ ਵੀ ਇਹਨਾਂ ਦੀ ਰਚਨਾਵਾਂ ਨੈਕਸਟ ਹੁਣ ਜੀ ਦੇਖੋ ਪ੍ਰਾਤਨ ਇਤਿਹਾਸ ਦਾ ਮੈਂ ਤੁਹਾਨੂੰ ਸਾਰੇ ਆਪਣੇ ਕਰਵਾ ਦਿੱਤੇ ਨੇ ਜ਼ਿਆਦਾਤਰ ਕੁਐਸਚਨ ਜਿਹੜੇ ਹੁੰਦੇ ਨੇ ਉਹ ਇਹਨਾਂ ਦੇ ਵਿੱਚੋਂ ਹੀ ਬਣਦੇ ਨੇ ਠੀਕ ਆ ਜੀ ਸੋ ਇਹ ਤੁਸੀਂ ਸਾਰਾ ਤੁਸੀਂ ਕਰ ਲੈਣਾ ਵਾ ਕਿ ਕਿੰਨਾਂ ਨੇ ਕਿਹੜੀ-ਕਿਹੜੀ ਰਚਨਾ ਕੀਤੀ ਆ ਸੋ ਨੈਕਸਟ ਹੁਣ ਆਪਾਂ ਆਧੁਨਿਕ ਇਤਿਹਾਸ ਤੇ ਆ ਗਏ ਜੀ ਅਧੂਨੇ ਕਾ ਇਤਿਹਾਸ ਜਿਹੜਾ ਆਪਣਾ ਲਿਟਰੇਚਰ ਦੇ ਵਿੱਚ ਜਿਹੜਾ ਮਾਡਰਨ ਦੇ ਵਿੱਚ ਲਿਟਰੇਚਰ ਦੇ ਵਿੱਚ ਕਿੰਨਾ ਦੇ ਯੋਗਦਾਨ ਸੀ ਜਿੱਦਾਂ ਕਿ ਆਪਾਂ ਪੜਾਂਗੇ ਹੁਣ ਇਹਦੇ ਵਿੱਚ ਅਮਰਤਾ ਪ੍ਰੀਤਮ ਜੀ ਹੋਗੇ ਗੁਰਦੇਵਾਲ ਸਿੰਘ ਜੀ ਹੋਗੇ ਜਿੰਨੇ ਵੀ ਆਪਣੇ ਜਬ ਬਲਵੰਤ ਗਾਰਗੀ ਹੋਗੇ ਸਾਰੇ ਚਾਹੇ ਨਾਟਕਕਾਰ ਨੇ ਚਾਹੇ ਕਵੀ ਨੇ ਚਾਹੇ ਲੇਖਕ ਨੇ ਕੋਈ ਵੀ ਨੇ ਉਹਨਾਂ ਸਾਰਿਆਂ ਬਾਰੇ ਆਪਾਂ ਡਿਟੇਲ ਚ ਪੜਾਂਗੇ ਕਿਉਂਕਿ ਮੋਸਟ ਆਫ ਦੀ ਇੰਪੋਰਟੈਂਟ ਟਾਪਿਕ ਬਣਦਾ ਵਾ ਜਿਹਦੇ ਵਿੱਚ ਕੇ ਬਾਰ-ਬਾਰ ਪੇਪਰ ਦੇ ਵਿੱਚ ਕੁਐਸਚਨ ਰਿਪੀਟ ਹੁੰਦੇ ਨੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਸਾਹਿਤਕ ਅਕੈਡਮੀ ਦੇ ਵਿੱਚ ਗਿਆਨਪੀਠ ਅਵਾਰਡ ਜਿਹਨੂੰ ਆਪਾਂ ਇੰਗਲਿਸ਼ ਵਿੱਚ ਜਨਾਨ ਪੀਠ ਅਵਾਰਡ ਕਹਿ ਦਿੰਦੇ ਹਾਂ ਠੀਕ ਹੈ ਜੀ ਸੋ ਤੁਸੀਂ ਨਾ ਜ਼ਿਆਦਾਤਰ ਇਹ ਅਵਾਰਡ ਦੇ ਉੱਤੇ ਫੋਕਸ ਕਰਨਾ ਵਾ ਹੁਣ ਜੀ ਗਿਆਨਪੀਠ ਅਵਾਰਡ ਆ ਜਿਹੜਾ ਇਹ ਸਭ ਤੋਂ ਉੱਤਮ ਜਿਹੜਾ ਸਾਹਿਤਕ ਅਵਾਰਡ ਹੁੰਦਾ ਵਾ ਇਹ ਅਵਾਰਡ ਭਾਰਤੀ ਗਿਆਨਪੀਠ ਸੰਸਥਾਨ ਟਰਸਟ ਦੁਆਰਾ ਦਿੱਤਾ ਜਾਂਦਾ ਇਹਦੀ ਸਥਾਪਨਾ ਕਿਹਨੇ ਕੀਤੀ ਸੀ ਸ਼ਾਹੂ ਜੈਨਸ ਪਰਿਵਾਰ ਸੀ ਜਿਹਨੇ ਕਿ ਟਾਈਮਜ਼ ਆਫ ਇੰਡੀਆ ਦੇ ਪ੍ਰਕਾਸ਼ਕ ਸੀ ਇਹ ਠੀਕ ਹੈ ਟਾਈਮਜ਼ ਆਫ ਇੰਡੀਆ ਜਿਹੜਾ ਅਖਬਾਰ ਹੁੰਦਾ ਸੀ ਉਹਦੇ ਪ੍ਰਸ਼ਾਸਕ ਸੀਗੇ ਤਾਂ ਇਸਦਾ ਅਰਥ ਹੁੰ ਮਤਲਬ ਇਹਦਾ ਅਰਥ ਕੀ ਹੋ ਗਿਆ ਗਿਆਨਪੀਠ ਅਵਾਰਡ ਦਾ ਗਿਆਨ ਦੀ ਗੱਦੀ ਠੀਕ ਹੈ ਜੀ ਹਾਂ ਦੇਖੋ ਜੀ ਅਵਾਰਡ ਸ਼ੁਰੂ ਕਦੋਂ ਹੋਇਆ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆਊਗਾ ਕਿ ਗਿਆਨਪੀਠ ਅਵਾਰਡ ਦਾ ਸ਼ੁਰੂਆਤ ਕਦੋਂ ਹੋਈ ਸੀ 1961 ਦੇ ਵਿੱਚ ਇਹ ਹੋਂਦ ਦੇ ਵਿੱਚ ਆਇਆ ਸੀ ਕਿ ਇਹ ਹੋਊਗਾ ਬਟ ਸਭ ਤੋਂ ਪਹਿਲਾ ਅਵਾਰਡ ਦਿੱਤਾ ਕਦੋਂ ਸੀ ਇਹ 1965 ਈਸਵੀ ਚ ਦਿੱਤਾ ਸੀ ਮਲਿਆਲਮ ਲੇਖ ਲੇਖਕ ਸੀਗੇ ਜੀ ਸ਼ੰਕਰਕ ਰੂਪ ਉਹਨਾਂ ਨੂੰ ਦਿੱਤਾ ਗਿਆ ਸੀ ਠੀਕ ਹੈ 1981 ਦੇ ਵਿੱਚ ਨਾ ਅਮਰਤਾ ਪ੍ਰੀਤਮ 81 ਦਾ ਬਹੁਤ ਇੰਪੋਰਟੈਂਟ ਬਣਦਾ ਵਾ ਜੀ 1900 65 ਦੇ ਵਿੱਚ ਮਲਿਆਲਮ ਲੇਖਕ ਇਹਦਾ ਪਹਿਲੇ ਸੀ ਠੀਕਾ ਮਲਿਆਲਮ ਲੇਖਕ ਸੀਗੇ ਜਿਨ੍ਹਾਂ ਨੂੰ ਪਹਿਲੀ ਵਾਰ ਪਹਿਲੇ ਇਹ ਇਹਨਾਂ ਨੂੰ ਮਿਲਿਆ ਸੀ ਸਭ ਤੋਂ ਪਹਿਲਾਂ ਠੀਕਾ ਹੁਣ ਆਗੇ ਜੀ 1981 ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਆਊਗਾ ਕਿ ਗਿਆਨਪੀਠ ਅਵਾਰਡ ਕਿਹਨੂੰ ਮਿਲਿਆ 1981 ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਅਮਰਤਾ ਪ੍ਰੀਤਮ ਨੂੰ ਮਿਲਿਆ ਸੀਗਾ ਤੇ 1999 ਦੇ ਵਿੱਚ ਗੁਰਦਿਆਲ ਸਿੰਘ ਨੂੰ ਪੰਜਾਬੀ ਭਾਸ਼ਾ ਵਿੱਚ ਗਿਆਨਪੀਠ ਅਵਾਰਡ ਮਿਲਿਆ ਸੀ ਸੋ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾਗਾ ਠੀਕ ਆ ਜੀ ਸੋ ਪੇਪਰ ਦੇ ਵਿੱਚ ਕੁਐਸਚਨ ਆਊਗਾ ਤਾਂ ਤੁਸੀਂ ਬਹੁਤ ਵਾਰ ਰੀਪੀਟ ਹੋਏ ਨੇ ਇਹ ਵਾਲੇ ਮੈਂ ਕੁਐਸਚਨ ਦੀ ਗੱਲ ਕਰ ਰਿਹਾ ਮੈਂ ਬਹੁਤ ਵਾਰ ਰੀਪੀਟ ਹੋਗੇ ਨਾਂ ਯਾਦ ਕਰ ਲਓ ਇਹਨਾਂ ਦੇ ਨੈਕਸਟ ਆ ਗਿਆ ਸਾਹਿਤਕ ਅਕਾਦਮੀ ਅਵਾਰਡ ਇੱਕ ਹੋਰ ਅਵਾਰਡ ਆ ਗਿਆ ਜੀ ਸਾਹਿਤਕ ਅਕਾਦਮੀ ਅਵਾਰਡ ਹਾਂਜੀ ਇਹਦੀ ਸ਼ੁਰੂਆਤ ਕਦੋਂ ਹੋਈ ਸੀ ਜੀ 1955 ਚ ਇਹਦੀ ਸ਼ੁਰੂਆਤ ਹੋਈ ਸੀ ਠੀਕ ਆ ਸੋ ਅਵਾਰਡ ਸਾਹਿਤ ਦੇ ਵੱਲੋਂ ਪ੍ਰਵਾਨਿਤ ਮੁੱਖ ਭਾਸ਼ਾਵਾਂ ਜਿਹੜੀਆਂ ਹੁੰਦੀਆਂ ਨੇ ਸਰਬ ਉੱਤਮ ਜਿਹੜੀਆਂ ਕਿਤਾਬਾਂ ਲਿਖਦੇ ਨੇ ਉਹਨਾਂ ਲਈ ਦਿੱਤਾ ਜਾਂਦਾ ਜਦੋਂ ਗਿਆਨਪੀਠ ਵਾਰਡ ਆਪਾਂ ਦੇਖਿਆ ਕਿ ਸਰਵੋਤਮ ਖਿਤਾਬਾ ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆ ਜਾਂਦਾ ਬਈ ਇਹ ਗਿਆਨਪੀਠ ਵਾਰਡ ਤੋਂ ਬਾਅਦ ਸਾਹਿਤਕ ਅਕਾਦਮੀ ਅਵਾਰਡ ਤਾਂ ਇਹਦੇ ਵਿੱਚ ਕੀ ਮਿਲਦਾ ਜੀ ਸਭ ਤੋਂ ਪਹਿਲਾਂ ਇਹ ਅਵਾਰਡ 1955 ਚ ਪੰਜਾਬੀ ਭਾਸ਼ਾ ਲਈ ਪੰਜਾਬੀ ਇਹ ਮਿਲਿਆ ਸੀ ਜੀ ਆਪਣੀ ਪੰਜਾਬੀ ਭਾਸ਼ਾ ਲਈ ਭਾਈ ਵੀਰ ਸਿੰਘ ਜੀ ਨੂੰ ਬਹੁਤ 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 ਇੰਪੋਰਟੈਂਟ ਕੁਐਸਚਨ ਹੈ ਇਨ੍ਹਾਂ ਪਛਾਣਾਂ ਦੇ ਵਿੱਚ ਇਹ ਦਿੱਤਾ ਜਾਂਦਾ ਵਾ ਦੇਖੋ ਮੈਂ ਤੁਹਾਨੂੰ ਐਡ ਦਿੱਤਾ ਹੋਇਆ ਠੀਕ ਹੈ ਜੀ ਅਸਾਮੀ ਹੋਗੇ ਬੰਗਾਲੀ ਹੋਗੇ ਡੋਗਰੀ ਹੋ ਗਿਆ ਇੰਗਲਿਸ਼ ਹੋ ਗਿਆ ਗੁਜਰਾਤੀ ਹਿੰਦੀ ਕਨੇਡਾ ਸਾਰਿਆਂ ਪੰਜਾਬੀ ਲਈ ਆ ਦੇਖੋ ਜੀ ਸਾਰਾ ਦਿੱਤਾ ਹੋਇਆ ਕੁਝ ਦੇ ਵਿੱਚ ਪਹਿਲਾਂ ਐਡ ਨਹੀਂ ਜਿੱਦੇ ਫਿਰ ਬਾਅਦ ਵਿੱਚ ਜਦੋਂ ਰਾਜਸਥਾਨ ਐਡ ਕਰ ਸੰਥਾਲੀ ਐਡ ਕਰਦਾ ਡੋਗਰੀ ਨੂੰ 1970 ਚ ਦੇਣਾ ਸ਼ੁਰੂ ਕੀਤਾ ਸੋ ਫਿਲਹਾਲ ਇਨ੍ਹਾਂ ਸਟੇਟਸ ਨੂੰ ਦਿੱਤਾ ਜਾਂਦਾ ਵਾ ਠੀਕ ਹ ਹਾਂ ਦੇਖੋ ਸੋ ਇਹਨਾਂ ਨੇ ਸਰਵਤਮ ਆਪਾਂ ਕਰ ਲਿਆ ਠੀਕ ਹੈ ਗਿਆਨਪੀਠ ਅਵਾਰਡ ਦੂਜਾ ਸਭ ਤੋਂ ਉੱਤਮਾ ਹੁਣ ਇਹਦੀ 1955 ਦੇ ਵਿੱਚ ਪੇਪਰ ਦੇ ਵਿੱਚ ਕੁਐਸਚਨ ਆਗਾ ਭਾਈ ਵੀਰ ਸਿੰਘ ਨੂੰ ਕਦੋਂ ਅਵਾਰਡ ਮਿਲਿਆ ਸੀ 1955 ਇਸ ਵਿੱਚ ਮਿਲਿਆ ਸੀ ਮੋਸਟ ਇੰਪੋਰਟੈਂਟ ਬਣਦਾ ਵਾ ਉਹਨਾਂ ਦੀ ਰਚਨਾ ਕਿਹੜੀ ਸੀ ਮੇਰੀ ਸਾਈਆਂ ਜੀਓ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਿਆ ਕਨਫਿਊਜ਼ ਨਹੀਂ ਹੋਣਾ 1955 ਦੇ ਵਿੱਚ ਇਹ ਅਵਾਰਡ ਮਿਲ ਗਿਆ ਸੀ ਜੀ ਅਮਰਤਾ ਪ੍ਰੀਤਮ ਜੀ ਨੂੰ ਪੇਪਰ ਦੇ ਵਿੱਚ ਕੁਐਸਚਨ ਆਊਗਾ ਪਹਿਲੀ ਵਾਰ ਪੰਜਾਬੀ ਭਾਸ਼ਾ ਲਈ ਕਿਹਨੂੰ ਇਹ ਅਵਾਰਡ ਮਿਲਿਆ ਸੀ ਸਾਹਿਤਕ ਅਕਾਦਮੀ ਅਵਾਰਡ ਤਾਂ ਆਪਾਂ ਕਿਹਨੂੰ ਲਾਉਣਾ ਭਾਈ ਵੀਰ ਸਿੰਘ ਨੂੰ ਲਾਉਣਾ ਜੇਕਰ ਉਹ ਪੁੱਛਣਗੇ ਕਿ ਪਹਿਲੇ ਫੀਮੇਲ ਕੌਣ ਸੀ ਠੀਕ ਹੈ ਪਹਿਲੇ ਊਮਨ ਕੌਣ ਸੀ ਜਿਹਨਾਂ ਨੂੰ ਕਹ ਪੰਜਾਬੀ ਭਾਸ਼ਾ ਲਈ ਸਾਹਿਤਕ ਅਕੈडमी ਅਵਾਰਡ ਮਿਲਿਆ ਸੀ 1956 ਦੇ ਵਿੱਚ ਸੁਨੇਖੜੇ ਕਵਤਾ ਲਈ ਅਮਰਤਾ ਪ੍ਰੀਤਮ ਨੂੰ ਮਿਲਿਆ ਸੀ ਮੋਸਟ 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 ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ ਠੀਕ ਹੈ ਜੀ ਹੁਣ ਜੀ ਅਕੈडमी ਅਵਾਰਡ ਇਹ ਮੈਂ ਤੁਹਾਨੂੰ ਦੱਸਦਾ ਇਹ ਤੁਹਾਨੂੰ ਯਾਦ ਕਰਨ ਦੀ ਜਰੂਰਤ ਨਹੀਂ ਹੈ ਮੈਂ ਤੁਹਾਡੇ ਉਹਦੇ ਲਈ ਕਰਤਾ ਹੋਇਆ ਹੁਣ ਇਹਦੇ ਵਿੱਚ ਸਭ ਤੋਂ ਜ਼ਰੂਰੀ ਆ ਕਿ ਹਿੰਦੀ ਦੇ ਵਿੱਚ ਕਦੋਂ ਕਦੋਂ ਮਿਲਿਆ 1955 ਦੇ ਵਿੱਚ ਨਾ ਹਿਮਤਰੰਗਣੀ ਪੋਇਟਰੀ ਲਈ ਮੱਖਣ ਲਾਲ ਚਤੁਰਵੇਦੀ ਨੂੰ ਮਿਲਿਆ ਸੀ ਸੋ 2021 ਦਾ ਤੁਸੀਂ ਮੈਂ ਕਰਵਾ ਦਿੰਨਾ ਕਿ 2021 ਚ ਕਿਹਨੂੰ ਮਿਲਿਆ ਸੀ ਸਮਰਾਟ ਅਸ਼ੋਕ ਪਲੇ ਦੇ ਵਿੱਚ ਦਇਆ ਪ੍ਰਕਾਸ਼ ਇਹਨਾਂ ਨੂੰ ਮਿਲਿਆ ਸੀ ਇਹ ਤੁਸੀਂ ਨਾਮ ਦੋ ਯਾਦ ਕਰ ਲੈਣਾ ਕਿਉਂਕਿ ਕਈ ਵਾਰ ਪੇਪਰ ਦੇ ਵਿੱਚ ਨਾ ਹਿੰਦੀ ਬਾਰੇ ਵੀ ਪੁੱਛਦੇ ਵੈਸੇ ਜ਼ਿਆਦਾਤਰ ਉਹ ਪੰਜਾਬੀ ਬਾਰੇ ਹੀ ਆਊਗਾ ਪਰ ਫਿਰ ਵੀ ਤੁਸੀਂ ਯਾਦ ਕਰ ਲਓ ਸਟ੍ਰੈਟਿਕ ਜੀਕੇ ਦੇ ਵਿੱਚ ਤੁਹਾਨੂੰ ਵੈਸੇ ਜੀਕੇ ਸਬਜੈਕਟ ਦੇ ਵਿੱਚ ਇਹ ਕੁਐਸਚਨ ਆ ਸਕਦਾ ਵਾ ਹੁਣ ਜੀ ਪੰਜਾਬੀ ਭਾਸ਼ਾ ਲਈ ਬਹੁਤ ਲੰਬੀ ਲਿਸਟ ਆ ਏ ਬਹੁਤ 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 ਲੰਬੀ ਲਿਸਟਾ ਬਟ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿ ਜੇਕਰ ਤੁਸੀਂ ਇਹ ਲਿਸਟ ਯਾਦ ਕਰ ਲਈ ਤਾਂ ਤੁਹਾਡੇ ਮੋਸਟ ਆਫ ਦੀ ਕਿਉਂਕਿ ਪੇਪਰ ਦੇ ਵਿੱਚ ਅਗਰ ਕੁਐਸਚਨ ਆਊਗਾ ਤਾਂ ਤੁਹਾਨੂੰ ਘਮਾ ਫਰਾ ਕੇ ਉਹ ਅਵਾਰਡਸ ਦੇ ਵਿੱਚੋਂ ਹੀ ਪੁੱਛਦੇ ਹੁੰਦੇ ਨੇ ਠੀਕ ਹੈ ਜੀ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰ੍ਹਾਂ ਪੁੱਛਣਗੇ ਹੁਣ ਸਭ ਤੋਂ ਪਹਿਲਾਂ ਤੁਸੀਂ 2021 ਦਾ ਯਾਦ ਕਰਨਾ ਵਾ ਠੀਕ ਹੈ ਜੀ ਸੂਲਾਂ ਦੇ ਸਾਲਾਨ ਸ਼ਾਰਟ ਸਟੋਰੀ ਸੀ ਜਿਹੜੇ ਕਿ ਖਾਲਿਦ ਹੁਸੈਨ ਨੂੰ ਹੁਣ ਲਾਸਟ ਦੇ ਉੱਤੇ ਮਿਲਿਆ ਸੀ 2021 ਚ 2022 ਦਾ ਸ਼ਾਇਦ ਅਜੇ ਨਹੀਂ ਅਨਾਉਂਸ ਕੀਤਾ ਉਹਨਾਂ ਨੇ ਸੋ 2021 ਯਾਦ ਕਰ ਲਓ ਠੀਕ ਆ ਆ ਸਾਰੇ ਤੁਸੀਂ ਨਾਮ ਯਾਦ ਕਰਨੇ ਆ ਜਿਹੜੇ ਵੀ ਮੈਂ ਤੁਹਾਨੂੰ ਇੱਥੇ ਕਹੇ ਨੇ ਸੋ ਇਹ ਯਾਦ ਕਰਨਾ ਤੁਸੀਂ ਇਹਨਾਂ ਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿ ਨੂੰ ਕਿਹੜੀ ਪੋਇਟਰੀ ਲਈ ਜਾਂ ਨੋਵਲ ਲਈ ਸ਼ਾਰਟ ਸਟੋਰੀ ਲਈ ਦਿੱਤਾ ਗਿਆ ਵਾ ਠੀਕ ਆ ਹੁਣ ਇਹਦੇ ਵਿੱਚ ਨਾ ਜਿਆਦਾਤਰ ਅਗਰ ਮੈਂ ਗੱਲ ਕਰਾਂ ਪਹਿਲਾ ਤੁਸੀਂ ਯਾਦ ਕਰਨਾ ਸਭ ਤੋਂ ਪਹਿਲਾਂ ਦਾ ਦੇਖੋ ਜੀ ਮੇਰੇ ਸਾਈਆਂ ਜੀਓ ਪੋਇਟਰੀ ਲਈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਾ ਦੱਸਦਾ ਕਿ ਭਾਈ ਵੀਰ ਜੀ ਨੂੰ ਮਿਲਿਆ ਸੀ ਵੀਰ ਸਿੰਘ ਜੀ ਨੂੰ ਸੁਨੇਹੜੇ ਲਈ ਮੈਂ ਤੁਹਾਨੂੰ ਦੱਸਿਆ ਸੀ ਅਮਰਤਾ ਪ੍ਰੀਤਮ ਜੀ ਇੱਥੋਂ ਸ਼ੁਰੂ ਕਰ ਲਿਓ ਤੁਹਾਨੂੰ ਇਹ ਯਾਦ ਹੋ ਜਾਣਗੇ ਤੁਹਾਨੂੰ ਖੁਦ ਨੂੰ ਪਤਾ ਲੱਗਣ ਲੱਗ ਜੂਗਾ ਕਿ ਹਾਂ ਇਹ ਇੰਪੋਰਟੈਂਟ ਬਣਾਦਾ ਜਿੱਥੇ ਤੁਹਾਡੀ ਸ਼ਖਸੀਅਤ ਆ ਗਈ ਨਾ ਕੋਈ ਮਤਲਬ ਜਿਹੜੀ ਮਸ਼ਹੂਰ ਸ਼ਖਸੀਅਤ ਹੋ ਗਈ ਉਹਨੂੰ ਤੁਸੀਂ ਚੰਗੀ ਤਰ੍ਹਾਂ ਟਾਰਗੇਟ ਕਰਨਾ ਮੈਂ 57 58 60 63 66 ਤੇ 70 ਚ ਨਹੀਂ ಸಿਗਿਆ ਹੁਣ ਦੇਖੋ ਮਸ਼ਹੂਰ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗੋ ਹੁਣ ਤੁਹਾਨੂੰ ਪਤਾ ਵਾ ਕਿ ਨਾਨਕ ਸਿੰਘ ਮਸ਼ਹੂਰ ਸ਼ਖਸੀਅਤ ਆ ਇੱਕੋ ਮਿਆਂ ਦੋ ਤਲਵਾਰਾਂ ਚ 1961 ਚ ਮਿਲਿਆ ਸੀ ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਵਾ ਕੋਈ ਵੱਡੀ ਬਲਵੰਤ ਕਰ ਗਈ ਤੁਹਾਨੂੰ ਪਤਾ ਵਾ ਕਿ ਇਹ ਮਹੱਤਵਪੂਰਨ ਸ਼ਖਸੀਅਤ ਆ ਰੰਗਮਾਂਚ ਲਈ ਇਹਨਾਂ ਨੂੰ ਮਿਲਿਆ 68 ਦੇ ਵਿੱਚ ਇਹ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਗਈ ਠੀਕ ਆ ਹਰ ਜਦਾਂ ਕਿ ਆ ਇਹਦੇ ਵਿੱਚ ਤੁਹਾਨੂੰ ਦੇਖਦੇ ਸਾਰ ਪਤਾ ਜਿਵੇਂ ਮੰਨ ਲਓ ਮਿੱਤਰ ਪਿਆਰੇ ਨੂੰ ਤੁਹਾਨੂੰ ਪਤਾ ਸੰਤ ਸਿੰਘ ਸੇਖੋ ਜਿਹੜੇ ਸੀਗੇ ਇਹਨਾਂ ਇੰਪੋਰਟੈਂਟ ਬਣਦੇ ਨੇ ਇਹੋ ਹਮਾਰਾ ਜੀਵਨਾ ਨੋਵਲ ਲਈ ਦਲੀਪ ਕੌਰ ਟਵਾਣਾ ਨੂੰ ਮਿਲਿਆ ਸੀ ਸੋ ਇਹਦੇ ਨਾਲ ਨਾ ਤੁਹਾਨੂੰ ਇੱਕ ਤਰ੍ਹਾਂ ਨਾਲ ਇੱਕ ਪਤਾ ਲੱਗੀ ਜਾਏਗਾ ਕਿ ਹਾਂ ਇਸ ਤਰ੍ਹਾਂ ਆਪਣਾ ਹੁੰਦਾ ਵਾ ਠੀਕ ਹੈ ਜੀ ਸੋ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆ ਦੇਖੋ ਗੁਰਮੁਖ ਸਿੰਘ ਮੁਸਾਫਰ ਨੂੰ ਮਿਲਿਆ ਸੀ ਸੋ ਇਹ ਤੁਹਾਡੇ ਇਹ ਜਿਹੜੇ ਨਾਮ ਨੇ ਨਾ ਇਹਨਾਂ ਨੂੰ ਤੁਸੀਂ ਜਦੋਂ ਤੁਸੀਂ ਨਾਮ ਦੇਖ ਕੇ ਯਾਦ ਕਰੋਗੇ ਨਾ ਸਾਰੇ ਤੁਸੀਂ ਜੇ ਕਰਨ ਬੈਠੋਗੇ ਤੁਹਾਨੂੰ ਨਹੀਂ ਹੋਏਗਾ ਕਿ ਨੂੰ ਕਿਦੋਂ ਮਿਲਿਆ ਸੀ ਪਰ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਨਾ ਜੇਕਰ ਧਿਆਨ ਨਾਲ ਜਦੋਂ ਜਿਵੇਂ ਜਿਵੇਂ ਤੁਸੀਂ ਲਿਸਟ ਨੂੰ ਅੱਗੇ ਜਿੱਦਾਂ ਕਿ surjit patar ਤੁਹਾਨੂੰ ਪਤਾ ਕਿ ਇਹ ਮਹੱਤਵਪੂਰਨ ਸ਼ਖਸੀਅਤ ਆ ਇਹਨਾਂ ਦੇ ਵਿੱਚ ਨਾ ਯਾਦ ਕਰ ਲਓ ਨਾ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਈ 1993 ਵਿੱਚ ਮਿਲਿਆ ਸੀ ਗੱਲ ਖਤਮ ਸਾਲ ਸ਼ਾਇਦ ਘੱਟ ਪੁੱਛਣ ਉਹ ਕਿਉਂਕਿ ਸਾਲ ਦੇ ਵਿੱਚ ਥੋੜਾ ਜਿਹਾ ਉਹ ਕਰਨਗੇ ਪਰ ਇਸ ਤਰ੍ਹਾਂ ਜ਼ਰੂਰ ਪੁੱਛਣਗੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਦਾ ਤਾਲੁਕਾਤ ਕਿਹਦੇ ਨਾਲ ਆ ਸੁਰਜੀਤ ਪਾਤਰ ਲਾ ਦੋ ਵਸ ਤੁਸੀਂ ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਟਿਪਸ ਦੇ ਉੱਤੇ ਜਿਵੇਂ ਹੁਣ ਆਪਾਂ ਅੱਗੇ ਇਸ ਲੈ ਇਹਦੇ ਵਿੱਚ ਪੜ੍ਹਾਂਗੇ ਨਾ ਇਸ ਟੌਪਿਕ ਦੇ ਵਿੱਚ ਮਾਡਰਨ ਦੇ ਜਿਹੜੇ ਕਿਹੜੇ-ਕਿਹੜੇ ਆਪਣੇ ਹੈਗੇ ਨੇ ਜਿਹੜੇ ਕਿੰਨਾ-ਕਿੰਨਾ ਨੂੰ ਅਵਾਰਡ ਮਿਲਦੇ ਨੇ ਮਤਲਬ ਕਿਹੜੇ-ਕਿਹੜੇ ਆਪਣੇ ਮਹੱਤਵਪੂਰਨ ਸ਼ਖਸੀਅਤਾਂ ਨੇ ਮਾਡਰਨ ਲਿਟਰੇਚਰ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਜਿਹੜੇ ਨਾਮ ਮੈਂ ਤੁਹਾਨੂੰ ਉਹਦੇ ਵਿੱਚ ਚੰਗੀ ਤਰ੍ਹਾਂ ਕਰਵਾਉਂਗਾ ਉਹਨਾਂ ਦੀਆਂ ਰਚਨਾਵਾਂ ਮਾਡਰਨ ਇਹਦੇ ਤਾਂ ਜ਼ਰੂਰ ਯਾਦ ਕਰਨੇ ਆ ਇਸੇ ਲਈ ਮੈਂ ਸਾਰੀ ਲਿਸਟ ਐਡ ਕੀਤੀ ਆ ਤੁਹਾਨੂੰ ਉਹਦੇ ਵਿੱਚ ਵੀ ਮੇਰਾ ਲਿਖਿਆ ਹੋਇਆ ਵਾ ਠੀਕ ਆ ਜੀ ਹੁਣ ਨੈਕਸਟ ਆ ਗਿਆ ਜੀ ਸਰਸ ਸਰਸਵਤੀ ਸਮਾਨ ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ ਸਰਸਵਤੀ ਸਮਾਨ ਕਹਿੰਦਾ ਜੀ ਸਲਾਨਾ ਪੁਰਸਕਾਰ ਆ ਭਾਰਤ ਦੀ ਕਿਸੇ ਵੀ ਭਾਸ਼ਾ ਜਿਹੜੀ ਐਠਵੀਂ ਸੂਚੀ ਦੇ ਵਿੱਚ ਸ਼ਾਮਲ ਆ ਉਹਦੇ ਲਈ ਕਵਿਤਾ ਜਾਂ ਵਾਰਤਰ ਲਈ ਦਿੱਤਾ ਜਾਂਦਾ ਇਹਦਾ ਇਸਦਾ ਭਾਰਤ ਦੀ ਗਿਆਨ ਦੀ ਦੇਵੀ ਸਰਸਵਤੀ ਦੇ ਨਾਮ ਤੋਂ ਲਿਆ ਗਿਆ ਹੈ ਇਹ ਅਵਾਰਡ ਕਦੋਂ ਸ਼ੁਰੂ ਕੀਤਾ ਸੀ 1991 ਦੇ ਵਿੱਚ ਸ਼ੁਰੂ ਕੀਤਾ ਸੀ ਕੇ ਕੇ ਵਿਰਲਾ ਸੰਸਥਾ ਸੀਗੀ ਜਿਹੜੀ ਉਹਦੇ ਵਿੱਚ ਸ਼ੁਰੂ ਕੀਤਾ ਸੀ ਪਹਿਲੀ ਵਾਰ ਇਹ ਅਵਾਰਡ ਕਿਨੂੰ ਮਿਲਿਆ ਸੀ ਹਰਵੰਸ਼ ਰਾਏ ਬਚਨ ਨੂੰ 1991 ਦੇ ਵਿੱਚ ਬਣਿਆ ਸੀ ਠੀਕ ਹੈ ਕਿਹੜੀ ਸੀ ਉਹਨਾਂ ਦੀ ਆਟੋ ਬਾਇਓਗ੍ਰਾਫੀ ਇਨ 4 ਵਾਲੀਅਮਸ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਮਿਲਿਆ ਸੀ ਸੋ ਜਿਹੜੀ ਹਰਵੰਸ਼ ਰਾਏ ਬਚਨਾ ਕੌਣ ਨੇ ਇਹ ਅਮਤਾਵ ਬਚਨ ਹੈ ਅਮਤਾਵ ਬਚਨ ਦੇ ਫਾਦਰ ਨੇ ਠੀਕ ਹੈ ਜੀ ਇਹ ਜਿਹੜੇ ਫਿਲਮ ਐਕਟਰ ਨੇ ਆਪਣੇ 2021 ਦੇ ਵਿੱਚ ਹੁਣ ਰੀਸੈਂਟਲੀ ਇਹ ਅਵਾਰਡ ਕਿਹਨੂੰ ਮਿਲ ਚੁੱਕਿਆ ਸਰਸਵਤੀ ਸਮਾਨ ਰਾਸ ਰਾਸ ਦਰਸ਼ ਮਿਸ਼ਰਾ ਨੂੰ ਉਹਨਾਂ ਦੀ ਕਵਿਤਾ ਮੈਂ ਤੋਂ ਯਹਾਂ ਹੂੰ ਲਈ ਮਿਲ ਚੁੱਕਿਆ ਸਰਸਵਤੀ ਸਮਾਨ ਹੁਣ ਤੱਕ ਇਹ ਸਰਸਵਤੀ ਸਮਾਨ ਸਿਰਫ ਤਿੰਨ ਪੰਜਾਬੀ ਲੇਖਕਾਂ ਨੂੰ ਮਿਲਿਆ ਸੋ ਜ਼ਰੂਰੀ ਨਹੀਂ ਹੁੰਦਾ ਕਿ ਇਹ ਹਰੇਕ ਦੇ ਵਿੱਚ ਹੀ ਭਾਸ਼ਾ ਦੇ ਵਿੱਚ ਮਿਲਦਾ ਸੋ ਈਅਰ ਵਾਈਜ਼ ਮਿਲਦਾ ਹੁੰਦਾ ਵਾ ਸਰਸਵਤੀ ਸਮਾਨ ਤਿੰਨ ਪੰਜਾਬੀ ਲੇਖਕਾਂ ਨੂੰ ਮਿਲਿਆ ਸਾਰੇ ਆਪਾਂ ਯਾਦ ਨਹੀਂ ਕਰਦੇ ਆਪਾਂ ਤਿੰਨਾਂ ਨੂੰ ਯਾਦ ਰੱਖਣਾ ਜਿਨ੍ਹਾਂ ਦਾ ਨਾਮ ਬਹੁਤ ਇੰਪੋਰਟੈਂਟ ਆ ਪੇਪਰ ਦੇ ਵਿੱਚ ਤੁਹਾਨੂੰ ਡਾਇਰੈਕਟ ਬਹੁਤ ਵਾਰ ਇਹ ਤਿੰਨ ਕੁਐਸਚਨ ਬਣ ਚੁੱਕੇ ਨੇ ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਹਰਪਜਨ ਸਿੰਘ ਨੂੰ ਮਿਲਿਆ ਸੀ 1994 ਚ ਰੁੱਖ ਤੇ ਰਿਸ਼ੀ ਲਈ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਵਾ ਦਲੀਪ ਗੌਰ ਟਵਾਣਾ ਨੂੰ ਕਦੋਂ ਮਿਲਿਆ ਸੀ 2001 ਚ ਕਥਾ ਉਹ ਔਰਵਸ਼ੀ ਲਈ ਠੀਕ ਹੈ ਇੰਪੋਰਟੈਂਟ ਬਣਦਾ ਵੈ ਵੀ surjit batar ਨੂੰ 2009 ਇਸਵੀ ਦੇ ਵਿੱਚ ਲਫਜਾਂ ਜੀ ਦਰਗਾਹ ਲਈ ਮਿਲਿਆ ਵਾ ਠੀਕ ਹੈ ਜੀ ਸੋ ਇਹ ਤੁਸੀਂ ਯਾਦ ਕਰਨੇ ਨੇ ਬਹੁਤ ਇੰਪੋਰਟੈਂਟ ਬਣਦੇ ਨੇ ਇਹਦੇ ਵਿੱਚ ਅਗਰ ਤੁਸੀਂ ਬਿਲਕੁਲ ਵੀ ਕਨਫਿਊਜ਼ ਹੋ ਇਸ ਟਾਈਮ ਦੇ ਉੱਤੇ ਕਨਫਿਊਜ਼ ਹੋ ਤਾਂ ਆਪਣੀ ਕਨਫਿਊਜ਼ਨ ਦੂਰ ਕਰਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰਨਾ ਵਾ ਠੀਕ ਹੈ ਜੀ ਬਹੁਤ ਇੰਪੋਰਟੈਂਟ ਬਣਦੇ ਨੇ ਹੁਣ ਇਹ ਤਾਂ ਆਪਾਂ ਪੜ ਲਿਆ ਹੁਣ ਆਪਣਾ ਟਾਪਿਕ ਕਿਹੜਾ ਬਾਜੀ ਵਰਤਮਾਨ ਪੰਜਾਬੀ ਸਾਹਿਤ ਹੁਣ ਆਪਾਂ 올ਡ ਪੰਜਾਬੀ ਸਾਹਿਤ ਵੀ ਪੜ੍ਹ ਲਿਆ ਠੀਕਾ ਪ੍ਰਾਤਨ ਪੰਜਾਬੀ ਸਾਹਿਤ ਵੀ ਪੜ੍ਹ ਲਿਆ ਹੁਣ ਆਪਾਂ ਜਿਹੜਾ ਹੁਣ ਵਰਤਮਾਨ ਪੰਜਾਬੀ ਸਾਹਿਤ ਆ ਉਹਦੇ ਵਿੱਚ ਜਿਹੜੇ ਅਵਾਰਡ ਮਿਲਦੇ ਨੇ ਅਵਾਰਡ ਪਹਿਲਾਂ ਮੈਂ ਕਰਵਾਏ ਨੇ ਕਿਉਂਕਿ ਤੁਹਾਨੂੰ ਪਤਾ ਲੱਗੇਗਾ ਕਿਹੜੇ ਅਵਾਰਡ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਤੇ ਕਿਨੂੰ ਜ਼ਿਆਦਾ ਮਿਲਿਆ ਵਾ ਉਹਦੇ ਵਿੱਚ ਤੁਹਾਨੂੰ ਯਾਦ ਕਰਨਾ ਥੋੜਾ ਜਾਂ ਈਜ਼ੀ ਹੋ ਜਾਏਗਾ ਠੀਕ ਹੈ ਜੀ ਹੁਣ ਆਪਾਂ ਹਾਂਜੀ ਵਰਤਮਾਨ ਪੰਜਾਬੀ ਸਾਹਿਤ ਦੇ ਵਿੱਚ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਪੰਜਾਬ ਭਾਰਤ ਦੇ ਵਿੱਚ ਬ੍ਰਿਟਿਸ਼ ਸਿੱਖਿਆ ਦੇ ਆਗਮਨ ਜਦੋਂ ਬ੍ਰਿਟਿਸ਼ ਆਪਣੇ ਬ੍ਰਿਟਿਸ਼ਰ ਆ ਗਏ ਸੀ ਆਪਾਂ ਦੇਖਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਨਾ ਪੰਜਾਬੀ ਸਾਹਿਤ ਦੇ ਵਿੱਚ ਥੋੜਾ ਜਿਹਾ ਯੋਗਦਾਨ ਪਾਇਆ ਸੀ ਜਿਦੇ ਵਿੱਚ ਇਹਨਾਂ ਨੇ ਵਿਕਟੋਰੀਆ ਨੋਵਲ ਅਲਿਜ਼ਬੈਥ ਨੋ ਡਰਾਮਾ ਚਲਾਇਆ ਸੀ ਨਵੀਨਤਾ ਦਾ ਮਤਲਬ ਮੋਡਰਨਾਈਜੇਸ਼ਨ ਕਰਤੀ ਸੀ ਇਹਨਾਂ ਨੇ ਠੀਕ ਹੈ ਪੰਜਾਬੀ ਸਾਹਿਤ ਦੇ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਜੀ ਸਾਰਿਆਂ ਤੋਂ ਪਹਿਲਾਂ 1835 ਦੇ ਵਿੱਚ ਕੀ ਕੀਤਾ ਇਹਨਾਂ ਨੇ 크੍ਰਿਸਚੀਅਨ ਮਿਸ਼ਨ ਵੱਲੋਂ 크੍ਰਿਸਚੀਅਨ ਮਿਸ਼ਨ ਸੀਗਾ ਉਸ ਟਾਈਮ ਦੇ ਉੱਤੇ ਇੱਕ ਇਹਨਾਂ ਨੇ ਪੰਜਾਬੀ ਦੀ ਪ੍ਰਿੰਟਿੰਗ ਪ੍ਰੈਸ ਚਲਾਈ ਜਿਹਦੇ ਵਿੱਚ ਕਿ ਗੁਰਮੁਖੀ ਲਿਪੀ ਦੇ ਆਧਾਰਤ ਇਹ ਸਥਾਪਿਤ ਕੀਤੀ ਸੀ ਪੇਪਰ 'ਚ ਕੁਐਸਚਨ ਆਊਗਾ ਕਿ ਪੰਜਾਬੀ ਪ੍ਰਿੰਟਿੰਗ ਪ੍ਰੈਸ ਆ ਜਿਹੜੀ ਜਿਹੜੀ ਗੁਰਮੁਖੀ ਲਿਪੀ ਦੇ ਆਧਾਰਤ ਆ ਕਦੋਂ ਸਥਾਪਿਤ ਹੋਈ ਸੀ 1835 ਦੇ ਵਿੱਚ ਠੀਕ ਹੈ ਜੀ ਈਅਰ ਯਾਦ ਕਰਨਾ ਤੁਸੀਂ ਪਹਿਲੀ ਪੰਜਾਬੀ ਡਿਕਸ਼ਨਰੀ ਸ਼ਬਦ ਕੋਸ਼ ਸ਼ਬਦ ਕੋਸ਼ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਸਿੱਧਾ ਡਾਇਰੈਕਟ ਇਹ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਕਿਸੇ 'ਚ ਆਇਆ ਹੋਇਆ ਵਾ ਕਿ ਜਿਹੜੀ ਸ਼ਬਦ ਕੋਸ਼ ਆ ਸ਼ਬਦ ਕੋਸ਼ ਕੀ ਆ ਇਹ ਇੱਕ ਪੰਜਾਬੀ ਡਿਕਸ਼ਨਰੀ ਆ ਠੀਕ ਆ ਜੀ ਇਸ ਤਰ੍ਹਾਂ ਆਉਗੀ ਜੋ ਕਿ ਨਿਊਟਨ ਨੇ 1854 ਦੇ ਵਿੱਚ ਪ੍ਰਕਾਸ਼ਿਤ ਕੀਤੀ ਸੀ ਠੀਕ ਹੈ ਅੰਗਰੇਜ਼ਾਂ ਦਾ ਯੋਗਦਾਨ ਆ ਇਹ ਸਾਹਿਦ ਦੇ ਵਿੱਚ ਮੈਂ ਗੱਲ ਕਰਦਾ ਵਰਤਮਾਨ ਪੰਜਾਬੀ ਸਾਹਿਦ ਦਾ ਆਬ ਜ਼ਿਆਦਾਤਰ ਵਿਕਾਸ ਜਿਹੜਾ ਸੀਗਾ ਭਾਈ ਕਾਨ ਸਿੰਘ ਨਾਭਾ ਹੋ ਗਏ ਭਾਈ ਵੀਰ ਸਿੰਘ ਜੀ ਹੋ ਗਏ ਨਾਨਕ ਸਿੰਘ ਹੋ ਗਏ ਡਾਕਟਰ ਮੁਹੰਮਦ ਇਕਬਾਲ ਧਨੀ ਰਾਮ ਜਾਤ੍ਰਿਕ ਆਪਣੇ ਨੈਕਸਟ ਆਗੇ ਪੂਰਨ ਸਿੰਘ, ਈਸ਼ਵਰ ਚੰਦਰ ਨੰਦਾ, ਅਮਰਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੇ ਹੋਰ ਵੀ ਬਹੁਤ ਨੇ ਇਹ ਸਾਰੇ ਆਪਾਂ ਬਹੁਤ ਡਿਟੇਲ ਦੇ ਵਿੱਚ ਅੱਗੇ ਕਰਨ ਵਾਲੇ ਆਂ ਠੀਕ ਹੁਣ ਜੀ ਭਾਈ ਵੀਰ ਸਿੰਘ ਸਭ ਤੋਂ ਪਹਿਲਾਂ ਆਪਣਾ ਮੋਸਟ ਇੰਪੋਰਟੈਂਟ ਬਣਦਾ ਵਾ ਅੰਮ੍ਰਿਤਸਰ 'ਚ ਇਹਨਾਂ ਦਾ ਜਨਮ ਹੋਇਆ ਸੀ ਭਾਈ ਵੀਰ ਸਿੰਘ ਜੀ ਦਾ ਤੇ ਉਹ ਕਵੀ ਤੇ ਮਹਾ ਗਿਆਨੀ ਸੀ ਠੀਕ ਆ ਜੀ ਸਾਹਿਤਿਕ ਵਿਰਸੇ ਨੂੰ ਇਹਨਾਂ ਨੇ ਦੁਬਾਰਾ ਸਰਜੀਤ ਕਰਤਾ ਸੀ ਆਪ ਸਿੱਖ ਸੰਗਰਾਮ ਦੀ ਉੱਗੀ ਸ਼ਕਤੀ ਸੀਗੇ ਇਹ ਠੀਕ ਆ ਜੀ ਵਾਕਵਾਕ ਰੂਪਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਵਰਤਮਾਨ ਪੰਜਾਬੀ ਸਾਹਿਦ ਦਾ ਰਚੇਤਾ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਕੌਣ ਨੇ ਪੇਪਰ ਦੇ ਲਈ ਮੋਸਟ ਇੰਪੋਰਟੈਂਟ ਕੁਐਸਚਨ ਪੀਪੀਐਸਬੀ ਪੰਜਾਬ ਦੇ ਪੇਪਰਾਂ ਦੇ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਿਆ ਕੁਐਸਚਨ ਆ ਕਿ ਕੌਣ ਆ ਜਿਹਨੂੰ ਕਿ ਫਾਦਰ ਆਫ ਦੀ ਮਾਡਰਨ ਪੰਜਾਬੀ ਲਿਟਰੇਚਰ ਕਿਹਾ ਜਾਂਦਾ ਭਾਈ ਵੀਰ ਸਿੰਘ ਨਾਮ ਜਾਦ ਕਰਨਾ ਇਹਨਾਂ ਦਾ ਤੁਸੀਂ ਜਿੱਦਾਂ ਕਿ ਆਪਾਂ ਪਹਿਲਾਂ ਪੜ੍ਹਿਆ ਸੀ ਨਾ ਜਿਹੜੇ ਫਾਦਰ ਆਫ ਦੀ 올ਡ ਪੰਜਾਬੀ ਲਿਟਰੇਚਰ ਤੇ ਕਿਹਨਾਂ ਨੂੰ ਕਿਹਾ ਜਾਂਦਾ ਉਹ ਬਾਬਾ ਫਰੀਦ ਨੂੰ ਕਿਹਾ ਜਾਂਦਾ ਜਿਹੜੇ ਮਾਡਰਨ ਪੰਜਾਬੀ ਲਿਟਰੇਚਰ ਦੇ ਫਾਦਰ ਕੌਣ ਨੇ ਭਾਈ ਵੀਰ ਸਿੰਘ ਜੀ ਠੀਕ ਹੈ ਪੇਪਰ 'ਚ ਕੁਐਸਚਨ ਬਣਦਾ 1892 'ਚ ਕੀ ਹੋਇਆ ਨਹੀਂ ਉਹਨਾਂ ਨੇ ਇੱਕ ਪੱਥਰ ਸ਼ਪਾ ਪ੍ਰੈਸ ਦੀ ਸਥਾਪਨਾ ਕੀਤੀ ਅਤੇ ਸਕੂਲਾਂ ਲਈ ਕਿਤਾਬਾਂ ਦਾ ਪ੍ਰਕਾਸ਼ਨ ਕਰਨ ਲੱਗੇ ਉਹਨਾਂ ਨੇ ਸਿੰਘ ਸਭਾ ਲਹਿਰ ਦੇ ਵਿੱਚ ਵੀ ਦਿਲਚਸਪੀ ਦਿਖਾਈ ਜੀ ਤਾਂ 1893 'ਚ ਉਹਨਾਂ ਨੇ ਖਾਲਸਾ ਟਰੈਕਟਰ ਸਭਾ ਦੀ ਨੀਂ ਰੱਖੀ ਆਪਾਂ ਪਿਛਲੀ ਕਲਾਸ ਦੇ ਵਿੱਚ ਇਹ ਕਰ ਚੁੱਕੇ ਹਾਂ ਠੀਕ ਹੈ ਜੀ ਜਦੋਂ ਆਪਾਂ ਸਿੰਘ ਸਭਾ ਪੜ੍ਹ ਰਹੇ ਸੀ ਉਹਦੇ ਵਿੱਚ ਇਹ ਮੈਂ ਕਰਵਾਇਆ ਹੋਇਆ ਵਾ ਤੁਹਾਨੂੰ ਪੰਜਾਬੀ ਦਾ ਪਹਿਲਾ ਨਾਟਕ ਪੰਜਾਬੀ ਦੇ ਵਿੱਚ ਨਾ ਇੱਕ ਨਾਟਕ ਲਿਖਿਆ ਗਿਆ ਸੀ ਸਭ ਤੋਂ ਪਹਿਲਾਂ ਰਾਜਾ ਲਖਦਾਤਾ 1910 ਦੇ ਵਿੱਚ ਇਹ ਭਾਈ ਵੀਰ ਸਿੰਘ ਦੀ ਜਿਹੜੀ ਪ੍ਰੈਸ ਸੀਗੀ ਉਹਦੇ ਵਿੱਚ ਹੀ ਜਿਹੜੀ ਆਹ ਵਾਲੀ ਪ੍ਰੈਸ ਮੈਂ ਤੁਹਾਨੂੰ ਗੱਲ ਕਰਨਾ ਉਹਦੇ ਵਿੱਚ ਹੀ ਛਪਿਆ ਸੀਗਾ ਇਹ ਠੀਕ ਹੈ ਪੇਪਰ ਦੇ ਵਿੱਚ ਕੁਐਸਚਨ ਬਣ ਸਕਦਾ ਵਾ ਇਹ ਵੀ ਜਿਹੜੇ ਮੈਂ ਤੁਹਾਨੂੰ yellow ਤੇ red ਕਰਦਾ ਬਹੁਤ ਇੰਪੋਰਟੈਂਟ ਬਣਦਾ ਵਾ ਠੀਕ ਹੈ ਜੀ ਉਹ ਉਹਨਾਂ ਨੇ ਕੀ ਕੀਤਾ ਜੀ ਇੱਕ ਹੋਰ ਇੰਪੋਰਟੈਂਟ ਬਣੇਗਾ ਕਿ ਹਜ਼ਾਰੀ ਸਿੰਘ ਵੱਲੋਂ ਰਚਿਤ ਸ਼੍ਰੀ ਗੁਰੂ ਗ੍ਰੰਥ ਕੋਸ਼ ਠੀਕ ਹੈ ਜੋ ਕਿ 1898 ਦੇ ਮੂਲ ਰੂਪ ਵਿੱਚ ਰਚਿਆ ਸੀ ਨੂੰ ਸੁਧਾਰਿਆ ਅਗਲੀ ਉਹਨਾਂ ਨੇ ਕੀ ਕੀਤਾ ਹਫਤਾਵਾਰੀ ਲੜੀਵਾਰ ਸਮਾਚਾਰ ਖਾਲਸਾ ਸਮਾਚਾਰ ਵੀ ਸ਼ੁਰੂ ਕੀਤਾ ਬਹੁਤ ਮਾਡਰਨ ਬਣਦਾ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਖਾਲਸਾ ਸਮਾਚਾਰ ਜਿਹੜਾ ਲੜੀਵਾਰ ਸਮਾਚਾਰਾ ਕਿਹਨੇ ਸ਼ੁਰੂ ਕੀਤਾ ਭਾਈ ਵੀਰ ਸਿੰਘ ਨੇ ਠੀਕ ਆ ਦੇਖੋ ਕਿੰਨੇ ਕੁਐਸਚਨ ਕਵਰ ਹੋ ਰਹੇ ਨੇ ਜੇ ਤੁਸੀਂ ਐਮਸੀਕਿਊ ਕਰਨ ਪੈਂਦੇ ਤੁਹਾਡੇ ਇਹਨੇ ਕੁਐਸਚਨ ਕਦੇ ਵੀ ਕਵਰ ਨਹੀਂ ਹੋਣਗੇ ਇਦਾਂ ਤੁਸੀਂ ਰਿਲੇਟ ਕਰਕੇ ਟੌਪਿਕ ਵਾਈਜ਼ ਪੜ੍ਹੋਗੇ ਤਾਂ ਤੁਹਾਡੇ ਐਮਸੀਕਿਊ ਜਦੋਂ ਤੁਸੀਂ ਕਰੋਗੇ ਨਾ ਤਾਂ ਤੁਹਾਨੂੰ ਤੁਹਾਡੇ ਜੇ ਤੁਸੀਂ 30% एमसीक्यू अटेम्प्ट ਕਰ ਰਹੇ ਹੋ ਜਦੋਂ ਤੁਸੀਂ ਥਿਊਰੀ ਦੇਖੋਗੇ ਤਾਂ ਤੁਸੀਂ 60-70% एमसीक्यू अटेम्प्ट ਕਰੋਗੇ ਉਸ ਤੋਂ ਬਾਅਦ ਜਦੋਂ ਤੁਸੀਂ ਮੰਨ ਲਓ 60-70% ਦੇ ਤੁਸੀਂ ਦੇਖੋਗੇ ਅਜੇ ਵੀ 30-40% ਕਿੱਦੇ ਵਿੱਚ ਕਮੀ ਰਹਿੰਦੀ ਆ ਫਿਰ ਤੁਸੀਂ ਦੁਬਾਰਾ ਉਹ ਥਿਊਰੀ ਪੜ੍ਹੋਗੇ ਤੁਹਾਡੇ ਕੋਲ ਪੀਡੀਐਫ ਹੋਏਗੀ ਚਾਹੇ ਤੁਸੀਂ ਬੁੱਕ ਵੀ ਕੋਈ ਫਾਲੋ ਕਰ ਰਹੇ ਹੋ ਦੁਬਾਰਾ ਫਿਰ ਤੁਸੀਂ ਬੁੱਕ ਤੋਂ ਥਿਊਰੀ ਪੜ੍ਹੋਗੇ ਪੁਰਾਣਾ ਵੀ ਰਿਵਾਈਜ਼ ਹੋ ਗਿਆ ਜਿਹੜੇ ਤੁਹਾਡੇ ਪੁਆਇੰਟ ਮਿਸ ਹੋਏ ਨੇ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਏਗੇ ਉਹ ਤੁਹਾਨੂੰ ਦੁਬਾਰਾ ਮਾਈਂਡ ਦੇ ਵਿੱਚ ਯਾਦ ਹੋਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਜੋ ਤੁਸੀਂ ਤਿੰਨ ਰੀਡਿੰਗ ਪੀਡੀਐਸ ਦੀ ਲੈ ਲਓਗੇ ਨਾ ਉਸ ਤੋਂ ਬਾਅਦ ਤੁਹਾਨੂੰ ਸਾਰਾ ਯਾਦ ਹੋ ਜਾਵੇਗਾ ਹੁਣ ਦੇਖੋ ਠੀਕ ਹੈ ਜੀ ਉਹਨਾਂ ਨੂੰ ਪੁਰਸਕਾਰ ਤੇ ਸਨਮਾਨ ਕਿਹੜਾ ਬਣਿਆ 1955 ਦੇ ਵਿੱਚ ਉਹਨਾਂ ਨੂੰ ਮੇਰੇ ਸਾਈਆਂ ਜੀ ਉਹ ਲਈ ਠੀਕ ਹੈ ਬਹੁਤ ਮਾਡਰਨ ਬਣਦਾ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਤਾ ਸੀ ਕਿ ਆਪਾਂ ਭਾਈ ਵੀਰ ਸਿੰਘ ਨੂੰ ਸਭ ਤੋਂ ਪਹਿਲੀ ਵਾਰ ਮਿਲਿਆ ਸੀ ਪਹਿਲੇ ਪੰਜਾਬੀ ਸਾਹਿਤ ਅਕਾਦਮੀ ਅਵਾਰਡ ਜੇਤਾ ਸੀ 1256 ਜੀ ਹੀ ਉਹਨਾਂ ਨੂੰ ਪਦਮ ਭੂਸ਼ਣ ਮਿਲ ਗਿਆ ਸੀ ਉਸ ਤੋਂ ਬਾਅਦ ਰਚਨਾ ਕੀ ਆ ਜੀ ਉਹਨਾਂ ਦੀ ਸੁੰਦਰੀ ਵਿਜੇ ਸਿੰਘ ਸਤਵੰਤ ਕੌਰ ਬਾਬਾ ਨੌਜ ਸਿੰਘ ਦਿਲਤਰੰਗ ਤ੍ਰੇਲ ਤੂਪ ਕੇ ਲਹਿਰ ਲਹਿਰਾਂ ਦੇ ਹਾਰ ਮਟਕ ਹੁਲਾ ਰਹੇ ਬਿਜਲੀਆਂ ਦੇ ਹਾਰ ਮੇਰੇ ਸਾਈਆਂ ਜੀਓ ਜ्यादातर ਪੇਪਰ ਦੇ ਵਿੱਚ ਨਾ ਮੇਰੇ ਸਾਈਆਂ ਜੀਓ ਬਾਰੇ ਹੀ ਇਹਨਾਂ ਦਾ ਪੁੱਛਦਾ ਕਿਉਂਕਿ ਇਹਦੇ ਉੱਤੇ ਹੋਰ ਵੀ ਕੁਐਸਚਨ ਬਣ ਜਾਂਦੇ ਨੇ ਜਿਦਾਂ ਖਾਲਸਾ ਸਮਾਚਾਰ ਤੇ ਕੁਐਸਚਨ ਬਣ ਜੂ ਨਾਟਕ ਤੇ ਕੁਐਸਚਨ ਬਣ ਜੂਗਾ ਜਿਦਾਂ ਮੈਂ ਤੁਹਾਨੂੰ ਦਾ ਵਰਤਮਾਨ ਪੰਜਾਬੀ ਸਾਹਿਤ ਦੇ ਰਚੇਤਾ ਕੌਣ ਨੇ ਸੋ ਇਹਦੇ ਉੱਤੇ ਬਹੁਤ ਕੁਐਸਚਨ ਬਣ ਜਾਂਦਾ ਸੋ ਜਿਹਦੇ ਕਰਕੇ ਇਹ ਉਹਨਾਂ ਦੀਆਂ ਰਚਨਾਵਾਂ ਦੇ ਉੱਤੇ ਥੋੜਾ ਜਿਹਾ ਘੱਟ ਕੁਐਸਚਨ ਬਣਦਾ ਮੇਰੇ ਸਾਈਆਂ ਜੀਓ ਤੇ ਵੱਧ ਬਣਦਾ ਵਾ ਠੀਕ ਹੈ ਜੀ ਨੈਕਸਟ ਆ ਗਿਆ ਸਾਡਾ ਭਾਈ ਕਾਨ ਸਿੰਘ ਨੱਬਾ 1861 ਚ ਇਹਨਾਂ ਦਾ ਜਨਮ ਹੋਇਆ 1938 ਦੇ ਬਚ ਇਹਨਾਂ ਦੀ ਮੌਤ ਹੋ ਗਈ ਇਹਨਾਂ ਦਾ ਜਨਮ ਜੀ ਪਿੰਡ ਸਬਜ ਬਨੇਰਾ ਚ ਹੋਇਆ ਸੀ ਉਹ ریاਸਤੀ ਸ਼ਹਿਰ ਪਟਿਆਲਾ ਦਾ ਹਿੱਸਾ ਠੀਕ ਆ ਉਹਗੇ ਵਿਦਵਾਨ ਸੀ ਉਹ ਵਿਸ਼ਵ ਕੋਸ਼ੀ ਸੀ ਉਹਨਾਂ ਨੇ ਧਰਮ ਸudar ਸਿੰਘ ਸਭਾ ਲਹਿਰ ਦੇ ਵਿੱਚ ਵੀ ਇੱਕ ਬਤੌਰ ਲੇਖਕ ਕੰਮ ਕੀਤਾ ਤਾਂ ਉਹਨਾਂ ਦੇ ਮਰਨੋਂ ਪਰੰਤ ਰਚਨਾਵਾਂ ਜਿਹੜੀਆਂ ਸੀਗੀਆਂ ਠੀਕ ਆ ਮਰਨੋਂ ਪਰੰਤ ਉਹਨਾਂ ਦੀ ਗੁਰਮਤ ਮਾਰਤੰਡ ਜਿਹੜੀ ਰਿਲੀਜ਼ ਹੋਈ ਠੀਕ ਆ ਜੀ ਤੇ ਇੱਕ ਆਪਣੀ ਸਫਰਨਾਮਾ ਟਰੈਗਨੌਲ ਠੀਕ ਹੈ ਜੀ 1984 ਦੇ ਵਿੱਚ ریلیਜ਼ ਹੋਈ ਉਹਨਾਂ ਦੀਆਂ ਹੋਰ ਰਚਨਾਵਾਂ ਕਿਹੜੀਆਂ ਸੀ ਗੁਰੂ ਸ਼ਬਦ ਰਤਨਾਗਰ ਮਹਾਕੋਸ਼ ਰਾਜ ਧਰਮ ਨਾਟਕ ਪਵਾਰਥ ਦੀਪਿਕਾ ਠੀਕ ਹੈ ਜੀ ਹਿੰਦੂ ਨਹੀਂ ਆਪਣਾ ਗੁਰਮਤ ਪ੍ਰਵਾਕਰ ਗੁਰਮਤ ਸੁਧਾਕਰ ਗੁਰੂ ਚੰਦ ਦਿਵਾਕਰ ਗੁਰੂ ਸ਼ਬਦ ਅੰਧਕਾਰ ਗੁਰੂ ਗਿਰਾਗਟ ਕਸੌਟੀ ਵਿਸ਼ਨੋਪ੍ਰਾਣ ਸਾਧੂ ਅਤੇ ਚੰਡੀ ਦੀ ਵਾਰ ਠੀਕ ਹੈ ਜੀ ਸੋ ਇਹ ਵਾਲੀਆਂ ਤੁਸੀਂ ਨਾਮ ਯਾਦ ਕਰ ਲੈਣੇ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਨੂੰ ਹੁਣ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਠੀਕ ਹੈ ਜੀ ਨੈਕਸਟ ਆ ਗਿਆ ਸਾਡੇ ਕੋਲੇ ਧਨੀ ਰਾਮ ਚਾਤਰੀ ਇਹਦੇ ਉੱਤੇ ਹੁਣੇ ਪੀਪੀਐਸਬੀ ਨੇ ਕੁਐਸਚਨ ਬਣਾਇਆ ਹੋਇਆ ਵਾ ਇੱਕ ਮੈਂ ਤੁਹਾਨੂੰ ਦੱਸਾਂਗਾ ਇਹਦੇ ਵਿੱਚ ਕਵਰ ਸ਼ਾਇਦ ਹੋ ਜਾਏਗਾ ਆ ਦੇਖੋ ਜੀ ਹੋਇਆ ਹੋਇਆ ਕਵਰ ਧਨੀ ਰਾਮ ਜਿਨੇ ਜਿਨ੍ਹਾਂ ਨੇ ਕਿ ਉਪਨਾਮ ਚਾਤ੍ਰਿਕ ਆਪ ਰੱਖਿਆ ਸੀ ਇਹਨਾਂ ਨੇ ਠੀਕ ਆ ਸੋ ਅੰਮ੍ਰਿਤਸਰ 'ਚ ਪੈਦਾ ਹੋਏ ਇਹਨਾਂ ਨੇ ਵਰਤਮਾਨ ਯੁੱਗ ਦੇ ਪੰਜਾਬੀਆਂ ਦੇ ਮਹਾਨ ਕਵੀਆਂ 'ਚੋਂ ਇੱਕ ਸੀ ਉਹਨਾਂ ਨੇ ਸਰਗਰਮੀ ਨਾਲ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਪ੍ਰਕਾਸ਼ ਨੂੰ ਪ੍ਰोत्ਸਾਹਨ ਦਿੱਤਾ ਇਦੇ ਵਿੱਚ ਇੰਪੋਰਟੈਂਟ ਬਣਦਾ ਕਿ 1926 ਦੇ ਵਿੱਚ ਉਹਨਾਂ ਨੇ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਬਣੇ ਪੇਪਰ ਦੇ ਵਿੱਚ ਪੀ ਡਬਲਯੂ ਪਲੱਸ ਵੀ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਵੀ ਹੋਇਆ ਬਾਹੇ ਜਦੋਂ ਆਪਾਂ ਪੀ ਡਬਲਯੂ ਪਲੱਸ ਵੀ ਦੇ ਪੀਟਰ ਵਲਫਸੀ ਵੀ ਦੇ ਪੁਰਾਣੇ ਪੇਪਰਾਂ ਦਾ ਆਪਾਂ ਕਰ ਰਹੇ ਹਾਂ ਠੀਕ ਆ ਜੋ ਕੋਰਸ ਚ ਲਾਇਆ ਹੋਇਆ ਆਪਣਾ ਸੀਰੀਜ਼ ਚਲਾਈ ਹੋਈ ਆ ਉਹਦੇ ਵਿੱਚ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਹੋਇਆ ਹੈ ਕਿ ਧਨੀ ਰਾਮ ਜੋ ਚਾਤ੍ਰਿਕ ਸੀਗੇ ਉਹ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਕਿਹੜੇ ਸਾਲ ਚ ਬਣੇ ਸੀ 1926 ਚ ਬਣੀ ਸੀ ਦੇਖੋ ਕੁਐਸਚਨ ਇਦਾਂ ਕਵਰ ਹੁੰਦੇ ਹੁੰਦੇ ਨੇ ਤੁਹਾਡੇ ਕੁਝ ਕੁਐਸਚਨ ਥਿਊਰੀ ਚ ਕਵਰ ਹੋ ਜਾਣਗੇ ਜਿਹੜੇ ਤੁਹਾਡੇ 10 15 20% ਤੁਹਾਡੇ ਕੁਐਸਚਨ ਰਹਿ ਜਾਣਗੇ ਜਦੋਂ ਆਪਾਂ MCQ ਕਰਾਂਗੇ ਉਹਦੇ ਵਿੱਚ ਖਬਰ ਹੋ ਜਾਣਗੇ ਠੀਕ ਆ ਸੋ ਕੋਈ ਵੀ ਕਲਾਸ ਤੁਹਾਡੇ ਲਈ ਇਦਾਂ ਨਹੀਂ ਕਿ ਅਨਰੈਲੇਵੈਂਟ ਆ ਸਾਰੀਆਂ ਤੁਹਾਡੇ ਲਈ ਰੈਲੇਵੈਂਟ ਕਲਾਸਾਂ ਲੈ ਕੇ ਆਏ ਆ ਆਪਾਂ ਚਾਹੇ ਉਹ MCQ ਦੀ ਆ ਚਾਹੇ ਥਿਉਰੀ ਦੀ ਆ ਬਸ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਵਾ ਆਪਦਾ ਰਿਵਾਈਜ਼ ਕਰਨਾ ਵੀਡੀਓ ਦੇਖੋ ਉਸ ਤੋਂ ਬਾਅਦ PDF ਪੜ੍ਹੋ ਤੇ ਉਸ ਤੋਂ ਬਾਅਦ ਆਪਣੇ MCQ ਲਗਾਓ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠ ਜਉ ਤੁਹਾਨੂੰ GK ਦੇ ਵਿੱਚ ਕੋਈ ਖਾਸ ਸਮੱਸਿਆ ਨਹੀਂ ਆਏਗੀ ਠੀਕ ਹੈ ਜੀ ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਤੁਹਾਨੂੰ ਕੋਈ ਵੀ ਬੁੱਕ ਪੜ੍ਹਨ ਦੀ ਜ਼ਰੂਰਤ ਨਹੀਂ ਪੈਗੀ ਆਪਣੀਆਂ ਪੰਜਾਬ GK ਦੀਆਂ ਕਲਾਸਾਂ ਹੋ ਗਈਆਂ ਦੂਸਰੀਆਂ ਕਲਾਸਾਂ ਜਦੋਂ ਆਪਣੀ ਸਿਲੇਬਸ ਖਤਮ ਹੋ ਜਾਏਗਾ ਨਾ ਕੋਈ ਵੀ ਬੁੱਕ ਤੁਹਾਨੂੰ ਪੜਨ ਦੀ ਜਾਂ ਬਾਇ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਠੀਕ ਆ ਸੋ ਇੰਨਾ ਵਧੀਆ ਕੰਟੈਂਟ ਆਪਾਂ ਪ੍ਰੋਵਾਈਡ ਕਰਦਾਂਗੇ ਕਿ ਉਸ ਦੇ ਵਿੱਚੋਂ ਹੀ ਜਿੰਨੇ ਪਰਸੈਂਟ ਪੇਪਰ ਮੈਂ ਤੁਹਾਨੂੰ ਕਿਹਾ ਜਿੰਨੇ ਨੰਬਰ ਕਿਉਂਕਿ ਜੀਕੇ ਦੇ ਵਿੱਚੋਂ ਪੂਰੇ ਵੱਡਾ ਪੂਰੇ ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਨਹੀਂ ਆ ਸਕਦੇ ਸੋ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਨੰਬਰ ਤੁਸੀਂ ਵੈਸੇ ਇੰਨੀਆਂ ਬੁੱਕਸ 7-8 ਬੁੱਕਸ ਪੜ੍ਹ ਕੇ ਲਓਗੇ ਉਸਨੇ ਹੀ ਨੰਬਰ ਤੁਸੀਂ ਇਹਦੇ ਵਿੱਚ ਆਪਣੇ ਘੱਟ ਮਟੀਰੀਅਲ ਦੇ ਵਿੱਚ ਕੁਆਲਿਟੀ ਕੰਟੈਂਟ ਪੜ੍ਹਨਾ ਆਪਣੇ ਲਈ ਜ਼ਰੂਰੀ ਹੁੰਦਾ ਜੀਕੇ ਦੇ ਵਿੱਚ ਸੋ ਉਹਦੇ ਵਿੱਚੋਂ ਹੀ ਤੁਹਾਡੇ ਓਨੇ ਕੁਐਸਚਨ ਕਵਰ ਹੋ ਜਾਣਗੇ ਠੀਕ ਹੈ ਜੀ ਸੋ ਅੱਗੇ ਆਪਾਂ ਕਰਦੇ ਹਾਂ ਜੀ ਹੁਣ ਹੁਣ ਸਾਤਿਆ ਦੀ ਇਹਨਾਂ ਦੀ ਠੀਕਾ ਇਹ ਆਪਾਂ ਕਰ ਲਿਆ ਹੋਇਆ ਰਚਨਾਮਾ ਇਹਨਾਂ ਦੇ ਕਿਹੜੀਆਂ ਗੁਮਤ ਸੇਠ ਭਰਤਰੀ ਹਰੀ ਨਾਲਦਮਯੰਤਰੀ ਕੇਸਰ ਕਿਆਰੀ ਨਮਾ ਜਵਾਨ ਨੂਰਜਾਬ ਬਾਦਸ਼ਾਹ ਬੇਗਮ ਸੂਫੀ ਖਾਨਾਂ ਤੇ ਫਲਾਂ ਦੀ ਟੋਕਰੀ ਕਿਰਪਾ ਸਾਗਰ ਆਗੇ ਜੀ ਅੱਗੇ ਆਪਣੇ 1875 ਤੋਂ ਲੈ ਕੇ 1939 ਚ ਕਿਰਪਾ ਸਾਗਰ ਇੱਕ ਮਹਾਨ ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਦੀ ਅਹਿਮ ਸ਼ਖਸੀਅਤ ਸੀ ਉਹ ਅਧਿਆਪਕ ਸੀ ਠੀਕ ਆ ਪ੍ਰਕਾਸ਼ਕ ਵੀ ਖਜਾਨਜੀ ਵੀ ਰਹੇ ਠੀਕ ਆ ਲਾਹੌਰ ਚ ਉਹਨਾਂ ਨੇ ਪ੍ਰਕਾਸ਼ਨ ਪ੍ਰੈਸ ਚਲਾਈ ਸੀ ਰਚਨਾਵਾਂ ਲక్ష్ਮੀ ਦੇਵੀ ਮਹਾਰਾਜਾ ਰਣਜੀਤ ਸਿੰਘ ਦੀ ਦੋ ਜਨਵਾਲ ਤੇ ਮੰਤਰੰਗ ਠੀਕ ਆ ਜੀ ਨੈਕਸਟ ਕਰਦੇ ਆ ਜੀ ਹੁਣ ਆਪਾਂ ਸੋ ਸਾਰੇ ਆਪਾਂ ਡਿਟੇਲ ਚ ਪ੍ਰੋਫੈਸਰ ਪੂਰਨ ਸਿੰਘ ਆ ਗਏ ਜੀ 1881 ਚ ਇਹਨਾਂ ਦਾ ਜਨਮ ਹੋਇਆ ਸੀ ਖੱਤਰੀ ਪਰਿਵਾਰ ਚ ਜਨਮ ਹੋਇਆ ਸੀ ਇਹਨਾਂ ਦਾ ਠੀਕ ਹੈ ਇੱਕ ਪੰਜਾਬੀ ਕਵੀ ਵਿਗਿਆਨੀ ਸੀ ਸੋ ਉਹ ਸਿੱਖ ਪਰਿਵਾਰ ਵਿੱਚ ਜਨਮੇ ਸੀ ਸਵਾਮੀ ਰਾਮ ਤੀਰਥ ਦੇ ਪ੍ਰਭਾਵ ਹੇਠ ਉਹ ਸੰਿਆਸੀ ਬਣ ਗਏ ਉਸ ਤੋਂ ਬਾਅਦ 1912 ਚ ਉਹ ਭਾਈ ਵੀਰ ਸਿੰਘ ਦੀ ਜੀ ਨਾਲ ਨੀਲ ਹੋ ਗਏ ਠੀਕ ਹੈ ਜੀ ਸੋ ਇਹਦੇ ਵਿੱਚ ਮੇਨ ਇਹੀ ਹੈ ਕਿ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਵਿੱਚ ਸੁੰਦਰਤਾ ਤੇ ਸੰਵੇਦਨਸ਼ੀਲ ਕਵਤਾਵਾਂ ਦੀ ਉਹਨਾਂ ਨੇ ਰਚਨਾ ਕੀਤੀ ਪੰਜਾਬੀ ਚ ਇਹਨਾਂ ਨੇ ਕੀ ਲਿਖਿਆ ਜੀ ਖੁੱਲੇ ਮੈਦਾਨ ਠੀਕ ਹੈ ਜੀ ਇੰਪੋਰਟੈਂਟ ਆ ਦੋਨੇ ਭਾਸ਼ਾਵਾਂ ਦੇ ਵਿੱਚ ਲਿਖਿਆ ਖੁੱਲੇ ਮੈਦਾਨ ਖੁੱਲੇ ਖੁੰਡ ਖੁੱਲੇ ਲੇਖ ਖੁੱਲੇ ਅਸਮਾਨੀ ਰੰਗ ਪੂਰਨਨਾਥ ਜੋਗੀ ਸਿੰਪਲ ਆ ਤੁਹਾਡੇ ਲਈ ਜਦੋਂ ਜਿਹਦੇ ਵਿੱਚ ਖੁੱਲੇ ਵਰਡ ਆ ਗਿਆ ਉਹ ਇਹਨਾਂ ਦੀ ਰਚਨਾਵਾਂ ਤੁਸੀਂ ਕਰ ਸਕਦੇ ਹੋ ਅੰਗਰੇਜ਼ੀ ਦੇ ਵਿੱਚ ਸਿਸਟਰਸ ਆਫ ਸਿਸਟਰਸ ਆਫ ਦ ਰੀਨਿੰਗ ਵੀਲ ਠੀਕ ਹੈ ਅਨਸਟੰਸ ਵੀਡਸ ਆਫ ਦ ਸਪਿਰਟ ਆਫ ਓਰੀਐਂਟਲ ਪੋਇਟਰੀ ਠੀਕ ਹੈ ਜੀ ਸੋ ਇਹ ਤੁਹਾਡਾ ਹੋ ਗਿਆ ਸੋ ਇਹ ਵੀ ਤੁਹਾਡਾ ਪੇਪਰ ਦੇ ਵਿੱਚ ਕੁਐਸਚਨ ਖੁੱਲੇ ਵਰਡ ਜਿੱਥੇ ਵੀ ਤੁਹਾਡਾ ਆ ਗਿਆ ਤਾਂ ਤੁਸੀਂ ਜਾ ਕੇ ਪ੍ਰੋਫੈਸਰ ਪੂਰਨ ਸਿੰਘ ਲਾ ਸਕਦੇ ਹੋ ਸੋ ਇਹ ਯਾਦ ਕਰਨਾ ਤੁਹਾਡਾ ਤਰੀਕਾ ਪੂਰਾ ਹੋ ਗਿਆ ਈਸ਼ਵਰ ਚੰਦਰ ਨੰਦਾ ਜੀ 1892 ਚ ਜਨਮ ਹੋਇਆ ਸੀ ਇਹਨਾਂ ਦਾ ਬਹੁਤ ਇੰਪੋਰਟੈਂਟ ਬਣਦੇ ਨੇ ਪੇਪਰ ਦੇ ਵਿੱਚ ਰਿਪੀਟ ਹੋਏ ਕੁਐਸਚਨ ਨੇ ਇਹਨਾਂ ਦਾ ਜਨਮ ਗਰਥਾਰਸਪੁਰ ਚ ਹੋਇਆ ਸੀ ਇਹਨਾਂ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਠੀਕ ਆ ਫਾਦਰ ਆਫ ਪੰਜਾਬੀ ਡਰਾਮਾ ਕਿਹਨੂੰ ਕਿਹਾ ਜਾਂਦਾ ਈਸ਼ਵਰ ਚੰਦਰ ਨੰਦਾ ਨੂੰ ਪੇਪਰ 'ਚ ਕੁਐਸਚਨ ਆਊਗਾ 1913 ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਕਿਹੜੇ 74 ਵਾਲਾ ਨਾਟਕ ਲਿਖਿਆ ਸੀ ਇੱਕ ਸੁਹਾਗ ਜਿਹਦਾ ਨਿਰਦੇਸ਼ਨ ਵੀ ਹੋਇਆ ਉਪਰਾਲੇ ਦੇ ਵੀ ਇੱਕ ਪਲੇਠਾ ਪੰਜਾਬੀ ਨਾਟਕ ਮੰਚ ਇਹਨਾਂ ਨੇ ਖੇਡਿਆ ਸੀ ਜਿਹਦੇ ਵਿੱਚ ਖੇਡਿਆ ਜਾਂਦਾ ਇਹਨਾਂ ਦੀ ਯਾਦ ਦੇ ਵਿੱਚ ਠੀਕ ਆ ਨਾਟਕਾਂ ਵਿੱਚ ਕੋਈ ਵੀ ਮੰਚ ਤੇ ਖੇਡਿਆ ਨਹੀਂ ਗਿਆ ਸੀ ਠੀਕ ਆ ਜੀ ਸੋ ਬਸ ਨਾਰਮਲ ਤੁਸੀਂ ਇਹਦੇ ਵਿੱਚ ਇਹੀ ਚੀਜ਼ ਯਾਦ ਕਰਦੀਆਂ ਹਾਲ ਤੇ ਇੱਕ ਪਲੇਠਾ ਪੰਜਾਬੀ ਨਾਟਕ ਇਹਨਾਂ ਨਾਲ ਤਾਲੁਕਾਤਾ ਰਚਨਾਮਾ ਉਹਨਾਂ ਦੀਆਂ ਪੇਪਰ ਦੇ ਵਿੱਚ ਸੁਹਾਗ ਆਉਂ ਪੁੱਛਿਆ ਜਾਂਦਾ ਵਾ ਠੀਕ ਆ ਬੇਬੇ ਰਾਮ ਭਜਨਾ ਸੁਭਦਰਾ ਸ਼ਾਮ ਬੀਮਾਨ ਸੁਖਰਾ ਲੀ ਦਾ ਵਿਆਹ ਜਾਂ ਘਰ ਬਾਹਰ ਜਾਂ ਮਾਂ ਦਾ ਡਿਪਟੀ ਇਹ ਚ ਮਾਂ ਦਾ ਡਿਪਟੀ ਤੇ ਸੁਹਾਗ ਜ਼ਿਆਦਾ ਇੰਪੋਰਟੈਂਟ ਨੇ ਇਹ ਚੰਗੀ ਤਰ੍ਹਾਂ ਯਾਦ ਕਰ ਲਿਓ ਬਾਕੀ ਤੁਸੀਂ ਛੱਡ ਸਕਦੇ ਹੋ ਗੁਰਬਖਸ਼ ਸਿੰਘ ਪ੍ਰੀਤ ਲੜੀ ਪ੍ਰੀ ਆਪਣਾ ਤੁਸੀਂ ਦੇਖਿਆ ਹੋਊਗਾ ਕਿ ਪੀਟ੍ਰ ਪਲੱਸ ਵੀ ਕਲਰਕ 2022 ਚ ਇਹ ਵੀ ਇਨ੍ਹਾਂ ਤੇ ਵੀ ਇੱਕ ਕੁਐਸਚਨ ਬਣਿਆ ਹੋਇਆ ਵਾ ਉਹ ਇੱਕ ਪੰਜਾਬੀ ਵਾਰਤਕਾਰ ਅਤੇ ਮਿਨੀ ਕਹਾਣੀ ਰਚੇਤਾ ਸੀ ਆਪਣੇ ਦ੍ਰਿਸ਼ਟੀਕੋਣ ਅਤੇ ਤਰਕ ਨਾਲ ਦੂਜਿਆਂ ਨੂੰ ਸਾਂਝਾ ਕਰ ਲਈ ਉਹਨਾਂ ਨੇ ਇੱਕ ਮਹੀਨਾਵਾਰ ਪੱਤਰਕਾ ਚਲਾਈ ਸੀ ਪ੍ਰੀਤ ਲੜੀ ਪੇਪਰ 'ਚ ਕੁਐਸਚਨ ਆਇਆ ਸੀ ਕਿ ਪ੍ਰੀਤ ਲੜੀ ਇੱਕ ਮਹੀਨਾਵਾਰ ਪੱਤਰਕਾ ਕਿੰਨਾ ਨੇ ਚਲਾਈ ਸੀ ਗੁਰਬਖਸ਼ ਸਿੰਘ ਇੰਪੋਰਟੈਂਟ ਕਰਕੇ ਮਾਰਕ ਕਰ ਲਓ ਉਹਨਾਂ ਨੇ ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਇੱਕ ਪ੍ਰੀਤਨਗਰ ਨਾਮ ਦਾ ਸ਼ਹਿਰ ਵੀ ਬਸਾਤਾ ਰਚਨਾਵਾਂ ਮਹਾ ਵਿਚਾਰ ਇਹਨਾਂ ਦੇ ਮਿਰੀਆਂ ਭੁੱਲ ਜਾਦਾ ਪਰਸੀਨ ਲੰਮੀ ਉਮਰ ਨਵਾਂ ਸ਼ਖਾਲਾ ਖੁੱਲਾਦਰ ਇਹ ਜੱਤ ਸਾਡਾ ਤੇਰੇ ਮੇਰੇ ਝਰੇਖੇ ਚ ਅਤੇ ਰੁੱਖਾਂ ਦੀ ਜੜਾ ਜ਼ਿਆਦਾਤਰ ਇਹਦੇ ਵਿੱਚ ਆਹ ਮਹੀਨਾਵਾਰ ਪੱਤਰਕਾ ਪ੍ਰੀਤ ਲੜੀ ਦੇ ਉੱਤੇ ਹੀ ਕੁਐਸਚਨ ਆਊਗਾ ਠੀਕ ਹੈ ਜੀ ਸਨਮਾਨ ਇੱਕ ਸਨਮਾਨ ਤੇ ਕੁਐਸਚਨ ਉਹਨਾਂ ਨੂੰ ਆਊਗਾ 1973 ਜੀ ਉਹਨਾਂ ਨੂੰ ਸਾਹਿਤਕ ਅਕਾਦਮੀ ਫੋਲੋਸ਼ਿਪ ਦਾ ਅਵਾਰਡ ਮਿਲਿਆ ਅਵਾਰਡ ਨਹੀਂ ਸੀ ਠੀਕ ਹੈ ਇਹ ਫੋਲੋਸ਼ਿਪ ਦਾ ਅਵਾਰਡ ਮਿਲਿਆ ਸੀ ਠੀਕ ਹੈ ਜੀ ਸੋ ਇਹ ਵੀ ਤੁਸੀਂ ਕਰ ਲੈਣਾ ਹਾਂ ਠ ਹਾਂਜੀ ਨਾਨਕ ਸਿੰਘ ਆਗੇ 1897 ਜਿਹਨਾਂ ਦਾ ਜਨਮ ਹੋਇਆ ਸੀ 1971 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ ਪੰਜਾਬ ਦੇ ਮਹਾਨ ਕਵੀ ਗੀਤਕਾਰ ਤੇ ਨਾਵਲਕਾਰ ਸੀ ਇਹ ਇਹਨਾਂ ਦਾ ਜਨਮ ਜੇਲਮ ਜਲੇ ਪਾਕਿਸਤਾਨ ਦੇ ਵਿੱਚ ਹੋਇਆ ਸੀ Hindu ਪਰਿਵਾਰ ਨਾਲ ਇਹ ਤਾਲੁਕਤ ਰੱਖਦੇ ਸੀ ਬਚਪਨ ਚ ਇਹਨਾਂ ਨੂੰ ਹੰਸਰਾਜ ਕਹਿੰਦੇ ਸੀ ਪੇਪਰ ਦੇ ਵਿੱਚ ਕੁਐਸਚਨ ਬਣ ਸਕਦਾ ਵਾ ਕਿ ਨਾਨਕ ਸਿੰਘ ਨੂੰ ਉਹਦਾ ਬਚਪਨ ਦਾ ਨਾਮ ਹੰਸਰਾ ਸੀ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਧਾਰਨ ਕਰ ਲਈ ਸੀ ਫਿਰ ਆਪਦਾ ਨਾਮ ਇਹਨਾਂ ਨੇ ਨਾਨਕ ਸਿੰਘ ਰੱਖ ਲਿਆ ਸੀ ਭਾਰਤ ਦੀ ਆਜ਼ਾਦੀ ਸੰਘਰਸ਼ ਜਦੋਂ ਹੋਇਆ ਸੀ ਤਾਂ ਇਹਨਾਂ ਨੇ ਆਪਣੀਆਂ ਲਿਖਤਾਂ ਕਾਰਨ ਬ੍ਰਿਟਿਸ਼ ਸਰਕਾਰ ਨੇ ਆਪ ਨੂੰ ਬੰਦੀ ਬਣਾ ਲਿਆ ਤੇ ਉਹਨਾਂ ਨੇ ਕਈ ਨਾਵਲਾਂ ਦਾ ਰਚਨਾ ਵੀ ਕੀਤੀ ਸੀ ਠੀਕ ਹੈ ਜੀ ਹਾਂਜੀ ਨਾਵਲ ਕਿਹੜੇ-ਕਿਹੜੇ ਸੀ ਇਹਨਾਂ ਨੇ ਬਹੁਤ ਇੰਪੋਰਟੈਂਟ ਬਣਦਾ ਨਾਨਕ ਸਿੰਘ ਦੇ ਉੱਤੇ 1962 ਦੇ ਵਿੱਚ ਉਹਨਾਂ ਨੂੰ ਇੱਕ ਮਿਆਂ ਦੋ ਤਲਵਾਰਾਂ ਲਈ ਸਾਹਿਤਿਕ ਅਕਾਦਮੀ ਅਵਾਰਡ ਮਿਲਿਆ ਸੀ ਪੇਪਰ 'ਚ ਕੁਐਸਚਨ ਆਊ ਕਿ ਨਾਨਕ ਸਿੰਘ ਨੂੰ ਸਾਹਿਤਿਕ ਅਕਾਦਮੀ ਅਵਾਰਡ ਕਿਹੜੀ ਰਚਨਾ ਲਈ ਮਿਲਿਆ ਸੀ ਇੱਕ ਮਿਆਂ ਦੋ ਤਲਵਾਰਾਂ 1998 'ਚ ਉਹਨਾਂ ਦੇ ਨਾਮ ਦੇ ਉੱਤੇ ਭਾਰਤ ਸਰਕਾਰ ਨੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ ਹੁਣ ਇਹਨਾਂ ਦਾ ਵਿੱਚ ਚਿੱਟਾ ਲਹੂ ਪੇਪਰ 'ਚ ਪਤਾ ਨਹੀਂ ਕਿੰਨੀ ਵਾਰ ਰਿਪੀਟ ਹੋ ਚੁੱਕਿਆ ਕਿ ਚਿੱਟਾ ਲਹੂ ਕਿਹਦੀ ਰਚਨਾਵਾਂ ਇਹ ਹੀ ਹੈਗੀ ਆ ਨਾਨਕ ਸਿੰਘ ਦੀ ਠੀਕ ਹੈ ਜੀ ਪਵਿੱਤਰ ਪਾਪੀ ਕਿਹਦੀ ਰਚਨਾਵਾਂ ਨਾਨਕ ਸਿੰਘ ਦੀ ਮੋਸਟ ਇੰਪੋਰਟੈਂਟ ਬਣਦਾ ਵਿਸਾਖੀ ਕਿਹਦੀ ਰਚਨਾਵਾਂ ਨਾਨਕ ਸਿੰਘ ਦੀ ਇੱਕ ਮਿਆਂ ਦੋ ਤਲਵਾਰਾਂ ਅਤੇ ਖੂਨੀ ਅਤੇ ਖੂਨੀ ਵਿਸਾਖੀ ਸੌਰੀ ਖੂਨੀ ਵਿਸਾਖੀ ਕਿਹਦੀ ਰਚਨਾਵਾਂ ਨਾਨਕ ਸਿੰਘ ਦੀ ਠੀਕ ਹੈ ਇਹ ਅਲੱਗ-ਅਲੱਗ ਨੇ ਠੀਕ ਆ ਇਹ ਲਾਗਾ ਇਹ ਲਾਗਾ ਸੋ ਬਹੁਤ ਇੰਪੋਰਟੈਂਟ ਮੰਨਦੇ ਨੇ ਜਿਹੜੇ ਮੈਂ ਤਾਂ ਕੱਟੀ ਹੋਈ ਪਤੰਗ ਹੋ ਗਿਆ ਸੋ ਬਾਕੀ ਤੁਸੀਂ ਅਗਰ ਛੱਡਣਾ ਤਾਂ ਛੱਡ ਵੀ ਸਕਦੇ ਹੋ ਪਰ ਜਿਹੜੇ ਤੁਹਾਨੂੰ ਮੈਂ ਆ ਰੈੱਡ येलो ਕੀਤੇ ਨੇ ਆਪਣੇ ਗ੍ਰੀਨ ਕੀਤੇ ਨੇ ਇਹ ਤੁਸੀਂ ਜ਼ਰੂਰ ਕਰਦੇ ਆਂ ਪ੍ਰੋਫੈਸਰ ਮੋਹਨ ਸਿੰਘ ਜੀ 1905 ਤੋਂ ਲੈ ਕੇ 1978 ਤੱਕ ਇਹਨਾਂ ਦਾ ਪੀਰੀਅਡ ਸੀਗਾ ਮਰਦਾ ਹੁਣ ਪਾਕਿਸਤਾਨ 'ਚ ਆ ਜਨਮੇ ਮੋਹਨ ਸਿੰਘ ਉੱਗੇ ਪੰਜਾਬੀ ਕਵੀ ਸੀ ਵਿਦਵਾਨ ਸੀ ਵਰਤਮਾਨ ਪੰਜਾਬੀ ਕਾਵਿ ਦੇ ਮੋਢਲੇ ਮਾਰਗਦਰਸ਼ਕ ਸੀ ਇਹ ਠੀਕ ਆ ਜੀ ਉਹਨਾਂ ਨੇ ਅੰਗਰੇਜ਼ੀ ਫਾਰਸੀ ਪੰਜਾਬੀ ਵਰ ਤੇ ਉਰਦੂ ਸਾਹਿਤ ਦਾ ਡੂੰਗਾ ਗਿਆਨ ਸੀ ਤਾਂ ਉਹਨਾਂ ਨੇ ਕੀ ਕੀਤਾ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿੱਚ ਇੱਕ ਲੈਕਚਰਾਰ ਵਜੋਂ ਨੌਕਰੀ ਕੀਤੀ ਸੀ ਠੀਕ ਹੈ ਜੀ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਲੁਧਿਆਣਾ ਵਾ ਠੀਕ ਹੈ ਪੀਏਯੂ ਦੀ ਗੱਲ ਹੋ ਰਹੀ ਹੈ ਇਹ ਪੀਏਯੂ ਲੁਧਿਆਣਾ ਦੀ ਗੱਲ ਹੋ ਰਹੀ ਹੈ ਉੱਥੇ ਸੇਵਾਮੁਕਤ ਜਦੋਂ ਹੋ ਗਏ ਇਹ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੂੰ ਪੁਰਸਕਾਰ ਮਿਲੇ ਸਨਮਾਨ 59 ਦੇ ਵਿੱਚ ਉਹਨਾਂ ਨੂੰ ਇੱਕ ਵੱਡਾ ਵੇਲਾ ਪੁਸਤਕ ਲਈ ਸਾਹਿਤ ਅਕਾਦਮੀ ਅਵਾਰਡ ਜਿੱਥੇ ਤੁਹਾਡਾ ਸਾਹਿਤ ਅਕਾਦਮੀ ਅਵਾਰਡ ਆ ਗਿਆ ਇਹਨਾਂ ਦਾ ਤੁਹਾਨੂੰ ਇਹ ਪੁਸਤਕ ਦਾ ਨਾਮ ਯਾਦ ਕਰਨਾ ਪੈਣਾ ਕਿਉਂਕਿ ਪੇਪਰ ਦੇ ਵਿੱਚ ਜਦੋਂ ਕੁਐਸਚਨ ਕਰੂੰਗੇ ਇੰਨੀਆਂ ਜ਼ਿਆਦਾ ਪੁਸਤਕਾਂ ਦਿੱਦਾਂਗੇ ਹੁਣ ਇਹਨਾਂ ਨੇ ਆ ਵੀ ਪੁਸਤਕਾਂ ਲਿਖੀਆਂ ਨੇ ਇਹਨਾਂ ਇਹ ਨਹੀਂ ਪੁੱਛਣਗੇ ਉਹ ਉਹ ਪੁੱਛਣਗੇ ਇਹੀ ਜਾਂ ਇਹ ਪੁੱਛਣਗੇ ਇੱਕ ਵੱਡਾ ਵੇਲਾ ਪੁਸਤਕ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਇੱਕ ਪੇਪਰ 'ਚ ਨਾ ਸਾਵੇਂ ਪਾਤਰ ਨਾਮ ਦੇ ਉੱਤੇ ਵੀ ਕੁਐਸਚਨ ਬਹੁਤ ਵਾਰ ਆਇਆ ਵਾ ਇਹਨਾਂ ਦਾ ਇਸੇ ਲਈ ਮੈਂ ਗ੍ਰੀਨ ਤੇ ਰੈੱਡ ਕੀਤਾ ਹੋਇਆ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਪੰਜਾਬੀ ਦਰਿਆ ਪੰਜ ਦਰਿਆ ਯਾਦ ਕਰ ਲਿਓ ਠੀਕ ਹੈ ਸੋ ਗੁਰਦੇਵਾਲ ਸਿੰਘ ਇਹ ਜਲੰਧਰ ਜ਼ਿਲ੍ਹੇ ਵਿੱਚ ਜਨਮੇ ਸੀ ਪੰਜਾਬੀ ਨਾਟਕਕਾਰ ਤੇ ਕਹਾਣੀਕਾਰ ਸੀ 10 ਤੋਂ ਵੱਧ ਪੰਜਾਬੀ ਵਿੱਚ ਕਿਤਾਬਾਂ ਦੇ ਨਾਲ ਉਹਨਾਂ ਦੇ ਸਾਹਿਤ ਦੇ ਹਰ ਖੇਤਰ 'ਚ ਯੋਗਦਾਨ ਆਇਆ ਪਰ ਨਾਟਕਕਾਰ ਵਜੋਂ ਉਹਨਾਂ ਨੇ ਆਪ ਦਾ ਨਾਮ ਬਣਾਇਆ ਅਗਸਤ 2016 'ਚ ਉਹਨਾਂ ਦਾ ਦਿਹਾਂਤ ਹੋ ਗਿਆ ਠੀਕ ਹੈ ਜੀ ਗੁਰਦੇਵਾਲ ਸਿੰਘ ਦੀ ਗੱਲ ਹੋ ਰਹੀ ਆ ਅਵਾਰਡ ਕਿਹੜੇ ਕਿਹੜੇ ਮਿਲੇ ਸੀ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਪੁਰਸਕਾਰ ਮਿਲੇ 1975 'ਚ ਉਹਨਾਂ ਨੂੰ ਅੱਧ ਚੰਨਣੀ ਰਾਤ ਨਾਂ ਵਾਲੀ ਪੰਜਾਬੀ ਸਾਹਿਤਕ ਪੁਰਸਕਾਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਪੰਜਾਬੀ ਸਾਹਿਤ ਪੁਰਸਕਾਰ ਜਿੱਥੇ ਆ ਗਿਆ ਨਾ ਯਾਦ ਕਰ ਲੋ ਗੁਰਦਾਸ ਸਿੰਘ ਨੂੰ ਗੁਰਦਿਆਲ ਸਿੰਘ ਨੂੰ ਕਿੰਨਾ ਲਈ ਮਿਲਿਆ ਸੀ ਅੱਧ ਚੰਨਣੀ ਰਾਤ ਨਾਂ ਵਾਲੀ 1998 'ਚ ਇਹਨਾਂ ਨੂੰ ਪਦਮਸ਼੍ਰੀ ਮਿਲ ਗਿਆ 1999 'ਚ ਉਹਨਾਂ ਨੂੰ ਗਿਆਨਪੀਠ ਪੁਰਸਕਾਰ ਵੀ ਮਿਲ ਗਿਆ ਸੀ ਠੀਕ ਆ ਆਪਾਂ ਉੱਪਰ ਕੀਤਾ ਹੋਇਆ ਵਾਹ ਹੁਣ ਉਹਨਾਂ ਦਾ ਰਚਨਾਵਾ ਭਾਗਾ ਵਾਲਾ ਮੜੀ ਦਾ ਦੀਵਾ ਹਨ ਹੋਣੀ ਅੱਧ ਚੰਨ ਦੀ ਰਾਤ ਅੰਨੇ ਘੋੜੇ ਦਾ ਦਾਨ ਸੱਗੀ ਫੁੱਲ ਆਦਮੀ ਤੇ ਬਗਾਨ ਆਦਮੀ ਕੁੱਤਾ ਤੇ ਆਦਮੀ ਦਾ ਬਗਾਨੇ ਪਿੰਡ ਇਹਦੇ ਵਿੱਚ ਮੜੀ ਦਾ ਦੀਵਾ ਪੇਪਰਾਂ 'ਚ ਰਿਪੀਟ ਹੋਇਆ ਹੋਇਆ ਵਾ ਅੰਨੇ ਘੋੜੇ ਦਾ ਦਾਨ ਹੋਇਆ ਹੋਇਆ ਤੇ ਸੱਗੀ ਫੁੱਲ ਹੋਇਆ ਠੀਕ ਹੈ ਜੀ ਸੋ ਇਹਨਾਂ ਦਾ ਤੁਸੀਂ ਯਾਦ ਕਰਨਾ ਵਾ ਬਹੁਤ ਇੰਪੋਰਟੈਂਟ ਬਣਦੇ ਨੇ ਗੁਰਦਿਆਲ ਸਿੰਘ ਦੇ ਉੱਤੇ ਜਿਹੜੇ ਮੈਂ ਗ੍ਰੀਨ ਕੀਤੇ ਨੇ ਇਹ ਕੁਐਸਚਨ ਬਣੇ ਹੋਏ ਨੇ ਪੰਜਾਬ ਦੇ ਪੇਪਰਾਂ 'ਚ ਬਲਰਾਜ ਸਾਨੀ ਦੇ ਆਗੇ ਜੀ 1913 1973 ਦਾ ਤੱਕ ਦਾ ਇਹਨਾਂ ਦਾ ਟਾਈਮ ਆ ਜਨਮ ਹੋਇਆ ਇਹ ਐਕਟਰ ਸੀਗੇ ਠੀਕ ਆ ਜੀ ਤੁਸੀਂ ਜਾਣਦੇ ਹੋਵੋਗੇ ਇਹਨਾਂ ਦੀਆਂ ਮੂਵੀਜ਼ ਵੀ ਪਹਿਲਾਂ ਪੁਰਾਣੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਤਾਂ ਇਹਨਾਂ ਦਾ ਜਨਮ ਰਾਵਲਪਿੰਡੀ ਪਾਕਿਸਤਾਨ 'ਚ ਹੋਇਆ ਸੀ ਉਹ ਇੱਕ ਨਾਮਜਿਨ ਫਿਲਮ ਅਭਨੇਤਾ ਹੋਣ ਦੇ ਨਾਲ ਨਾਲ ਉੱਗੇ ਲੇਖਕ ਵੀ ਸੀ ਉਹਨਾਂ ਦੀਆਂ ਜਿਹੜੀਆਂ ਪਹਿਲਾਂ ਪਹਿਲਾਂ ਇਹਨਾਂ ਨੇ ਲਿਖਤਾਂ ਲਗੀਆਂ ਸੀ ਉਹ ਅੰਗਰੇਜ਼ੀ ਸੀ ਪਰ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਪੰਜਾਬੀ ਵਿਦੇ ਵਿੱਚ ਵੀ ਲਿਖਣਾ ਸ਼ੁਰੂ ਕਰਤਾ ਸੀਗਾ ਪੋਰਸਕਰ ਤੇ ਸਨਮਾਨ ਸਾਲ 1969 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਇੰਪੋਰਟੈਂਟ ਬਣੇਗਾ 2013 ਚ ਉਹਨਾਂ ਨੂੰ ਡਾਕਟ ਟਿਕਟ ਵੀ ਉਹਨਾਂ ਦਾ ਜਾਰੀ ਕਰ ਦਿੱਤਾ ਸੀ ਠੀਕ ਹੈ ਬਸ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਮੇਰਾ ਫਿਲਮੀ ਆਤਮਕਥਾ ਬਾਜੀ ਇੱਕ ਸਫਰ ਅਤੇ ਦਾਸਤਾਨ ਇਹ ਬਹੁਤ ਸੌਖੇ ਨੇ ਤੁਹਾਨੂੰ ਨਾਲ ਹੀ ਹੋਇਆ ਕਿ ਮੇਰੇ ਪਾਕਿਸਤਾਨ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਮੇਰੀ ਫਿਲਮੀ ਆਤਮਕਥਾ ਬਾਜੀ ਇੱਕ ਸਫਰ ਅਸ ਦਾਸਤਾਨ ਇਹ ਸਾਰਾ ਤੁਹਾਡਾ ਬਹੁਤ ਆਸਾਨੀ ਦੇ ਨਾਲ ਯਾਦ ਹੋ ਜਾਊਗਾ ਠੀਕ ਹੈ ਬਲਰਾਸ ਸਾਨੀ ਦਾ ਕਰਤਾਰ ਸਿੰਘ ਦੁੱਗਲ ਆਗੇ ਜੀ ਕਰਤਾਰ ਸਿੰਘ ਦੁੱਗਲ ਕਹਿੰਦੇ ਜੀ ਪੰਜਾਬੀ ਦੇ ਉੱਗੇ ਨਾਵਲਕਾਰ ਸੀਗੇ ਇਹਨਾਂ ਦੀਆਂ ਰਚਨਾਵਾਂ ਵਿੱਚ ਨਾਵਲਾਂ ਤੋਂ ਬਿਨਾ ਮਿੰਨੀ ਕਹਾਣੀਆਂ ਵੀ ਸ਼ਾਮਲ ਹੁੰਦੀਆਂ ਸੀ ਮਿੰਨੀ ਕਹਾਣੀਆਂ ਦੇ ਵਿੱਚ ਇੱਕ ਅੱਕ ਕਲਪਨਾ ਅਤੇ ਮਨੋਵਿਗਿਆਨ ਦਿਵਾਲੇ ਊਣੀਆਂ ਹੋਈਆਂ ਸੀ ਪੁਰਸਕਾਰ ਤੇ ਸਨਮਾਨ ਇਹਨਾਂ ਨੂੰ ਕਿਹੜੇ ਕਿਹੜੇ ਮਿਲੇ ਸੀ ਜੀ ਸਾਲ 1962 ਦੇ ਵਿੱਚ ਉਹਨਾਂ ਨੂੰ ਪੰਜਾਬੀ ਸਰਕਾਰ ਪੰਜਾਬ ਸਰਕਾਰ ਦੁਆਰਾ ਸਰਬੋਤਮ ਸਾਹਿਤਕ ਕਾਰ ਦੇ ਅਵਾਰਡ ਨਾਲ ਸਨਮਾਨਿਆ ਗਿਆ ਸੀ ਠੀਕ ਆ ਕਰ ਲੈਣਾ 1988 ਦੇ ਵਿੱਚ ਉਹਨਾਂ ਨੂੰ ਪਦਮ ਪੂਸ਼ਨ ਮਿਲਿਆ 2017 ਚ ਉਹਨਾਂ ਨੂੰ ਸਾਹਿਤਿਅਕ ਅਕੈਡਮੀ ਅਵਾਰਡ ਮਿਲੇਗਾ ਠੀਕ ਹੈ ਜੀ 2017 ਆਪ ਨੂੰ ਰਾਜ ਸਭਾ ਦੇ ਮੈਂਬਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਕਰਤਾਰ ਸਿੰਘ ਦੁੱਗਲ ਦੀ ਗੱਲ ਹੋ ਰਹੀ ਆ ਇੱਕ ਛਿੱਟ ਚਾਨਣ ਦੀ ਨਵਾਂ ਘਰ ਸੁਨਾਰ ਬੰਗਲਾ ਤਤਕਾਲਾਂ ਵੇਲੇ ਸਰਦਾਰ ਪੂਨਮ ਦੀ ਰਾਤ ਤੇਰਾ ਬਹਾਨੇ ਮਿੱਟੀ ਮੁਸਲਮਾਨ ਕੀ ਤੇ ਬੰਦ ਦਰਵਾਜ਼ੇ ਉਹਨਾਂ ਦੀ ਆਤਮ ਕਥਾ ਸੀ ਠੀਕ ਹੈ ਸੋ ਨੈਕਸਟ ਹੁਣ ਆਪਾਂ ਕਰਨ ਲੱਗੇ ਆ ਜੀ ਇੱਕ ਮਿੰਟ ਦਿਨਾ ਜੀ ਨੈਕਸਟ ਆਗੇ ਜੀ ਆਪਣੇ ਬਲਵੰਤ ਕਾਰਗੀ 1916 ਤੋਂ ਲੈ ਕੇ 2003 ਤੱਕ ਇਹਨਾਂ ਦਾ ਪੀਰੀਅਡ ਸੀਗਾ ਤੇ ਇਹਨਾਂ ਨੇ ਬਠਿੰਡਾ ਜ਼ਿਲ੍ਹੇ 'ਚ ਜਨਮ ਹੋਇਆ ਸੀ ਬਲਵੰਤ ਕਾਰਗੀ ਨਾਵਲਕਾਰ ਸੀ ਮਿੰਨੀ ਕਹਾਣੀਕਾਰ ਸੀ ਨਾਟਕਕਾਰ ਸੀ ਨਿਰਦੇਸ਼ਕ ਤੇ ਸਹਾਇਤਕਾਰ ਸੀ ਇਹਨਾਂ ਦਾ ਨਾਵਲ ਕਥਾ ਇਹਨਾਂ ਦੀ ਠੀਕ ਆ ਕਥਾ ਸਾਇ ਦੀ ਮਾਰਤਾ ਉਹਨਾਂ ਦੇ ਨਾਵਲ ਕਕਰ ਰੇਤਾ ਤੋਂ ਜਣੀ ਜਾਂਦੀ ਹੈ ਹੁਣ ਪੁਰਸਕਾਰ ਤੇ ਸਨਮਾਨ ਇਹਨਾਂ ਨੂੰ ਕਿਹੜੇ-ਕਿਹੜੇ ਮਿਲੇ ਸੀ ਇਹ ਵੀ ਤੁਸੀਂ ਕਰਨੇ ਆ ਇਹ ਪੁਰਸਕਾਰ ਦੇ ਸਨਮਾਨ ਉਹਨਾਂ ਨੂੰ ਰੰਗ ਮੰਚ ਲਈ ਉਹਨਾਂ ਨੂੰ ਸਾਹਿਤਕ ਅਕੈਡਮੀ ਅਵਾਰਡ ਮਿਲਿਆ 1972 ਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਠੀਕ ਹੈ ਸਾਹਿਤਕ ਅਕੈਡਮੀ ਅਵਾਰਡ ਰੰਗ ਮੰਚ ਲਈ 1998 ਚ ਉਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ ਦੇ ਨਾਲ ਸਨਮਾਨਿਆ ਰਚਨਾਵਾਂ ਕਿਹੜੀਆਂ ਨੇ ਇਹਨਾਂ ਦੀਆਂ ਲੋਹਾਕੋਟ ਕਣਕ ਦੀ ਵੱਲੀ ਸੋਹਣੀ ਮਹੀਵਾਲ ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ ਸੁਲਤਾਨ ਰਜ਼ੀਆ ਸੌਂਕਣ ਮਿਰਜ਼ਾ ਸਾਹਿਬਾ ਤੇ ਧੂਣੀ ਦੀ ਅੱਗੇ ਇਹਨਾਂ ਨੇ ਰਚਨਾਵਾਂ ਕੀਤੀਆਂ ਸੀ ਠੀਕ ਹੈ ਜੀ ਮਿੰਨੀ ਕਹਾਣੀਆਂ ਕਿਹੜੀਆਂ ਇਹਨਾਂ ਨੇ ਮਿਰਚਾਂ ਵਾਲਾ ਸਾਧ ਪਤਨ ਕੀ ਵੇੜੀ ਵੇੜੀ ਬੇਬੇ ਰੰਗਮੰਚ ਅਤੇ ਕੁਆਰੀ ਟੀਸੀ ਸਵੈ ਕਥਾ ਇਹਨਾਂ ਦੀ ਆਟੋ ਬਾਇਓਗ੍ਰਾਫੀ ਦਾ ਨੇਕਡ ਟ੍ਰਾਇੰਗਲ ਮੋਸਟ ਇੰਪੋਰਟੈਂਟ ਕੁਐਸਚਨ ਪੀਪਰ ਦੇ ਵਿੱਚ ਪੀ ਟਰਪਲ ਐਸ ਵੀ ਦਾ ਕੋਈ ਪੀਪਰ ਹੋਇਆ ਸੀ ਜੀ ਜਿਹਦੇ ਵਿੱਚ ਕਿ ਇਹ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਸੀ ਕਿ ਦਾ ਨੇਕਡ ਟਾਇਰੰਗਲ ਕਿਦੀ ਆਤਮ ਕਥਾ ਵਾ ਬਲਵੰਤ ਗਾਰਗੀ ਯਾਦ ਕਰ ਲਓ ਠੀਕ ਹੈ ਜੀ ਇਹਨੂੰ ਰਟ ਲਓ ਦੋਵੇਂ ਨੈਕਸਟ ਆ ਗਿਆ ਬਸ ਥੋੜੇ ਜਿਹੇ ਰਹਿ ਗਏ ਹੁਣ ਆਪਣੇ ਅਮਰਤਾ ਪ੍ਰੀਤਮ ਮੋਸਟ 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 ਇੰਪੋਰਟੈਂਟ ਪੇਪਰ ਦੇ ਵਿੱਚ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਕੁਐਸਚਨ ਅਮਰਤਾ ਪ੍ਰੀਤਮ ਤੇ ਹੁੰਦਾ 1919 ਤੋਂ 2005 ਤੱਕ ਦਾ ਇਹਨਾਂ ਦਾ ਟਾਈਮ ਕਾਲ ਸੀਗਾ ਇਹਨਾਂ ਦੇ ਬਚਪਨ ਦਾ ਨਾਂ ਕੀ ਸੀ ਜੀ ਅਮਰਤਕੌਰ ਠੀਕ ਹੈ ਅਮਰਤਕੌਰ ਇਹਨਾਂ ਦਾ ਨਾਮ ਸੀ ਭਾਰਤ ਦੇ ਲੇਖਕ ਅਤੇ ਕਵੀ ਸੀ ਹਿੰਦੀ ਤੇ ਪੰਜਾਬੀ ਦੇ ਵਿੱਚ ਵੀ ਰਚਨਾਵਾਂ ਕੀਤੀਆਂ ਇਹਨਾਂ ਨੇ ਪਹਿਲੀ ਉਗੀ ਮਹਿਲਾ ਪੰਜਾਬੀ ਕਵਿਤਰੀ ਨਾਵਲਕਾਰ ਗਾਰਤਕਾਰ ਸੀ ਉਹਨਾਂ ਨੇ ਲਗਭਗ 100 ਤੋਂ ਵੱਧ ਕਿਤਾਬਾਂ ਲਿਖੀਆਂ ਜਿਦੇ ਵਿੱਚ ਕਵਿਤਾ ਕਲਪਨਾ ਆਪਣਾ ਸਵੈ ਜੀਵਨੀ ਵਾਰਤਕ ਗੀਤਾਂ ਠੀਕ ਹੈ ਜੀ ਹੁਣ ਅੱਗੇ ਆ ਗਿਆ ਜੀ ਸਾਡਾ ਪੁਰਸਕਾਰ ਕਿਹੜੇ ਮਿਲੇ ਨੇ ਸੁਨੇਹੇ ਲਈ ਜੀ ਸਾਹਿਤ ਅਕੈਡਮੀ ਅਵਾਰਡ ਜਿਹੜੇ ਦੇ ਲਈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਹੁੰਦਾ ਸੀ ਸੁਨੇਹੇ ਦੇ ਲਈ ਇਹਨਾਂ ਨੂੰ ਮਿਲਿਆ ਸੀ ਸਾਹਿਤ ਅਕੈਡਮੀ ਅਵਾਰਡ ਜਿਹੜਾ ਕਿ ਆਪਣਾ 1956 ਦੇ ਵਿੱਚ ਮਿਲਿਆ ਸੀ ਇਹਨਾਂ ਨੂੰ ਠੀਕ ਹੈ 1956 ਦੇ ਵਿੱਚ ਅਵਾਰਡ ਜਿੱਤਣ ਵਾਲੀ ਪਹਿਲੀ ਇਸਤਰੀ ਲੇਖਕ ਬਣੀ ਸੀ ਠੀਕ ਹੈ ਜੀ ਬਸ ਸਿੰਪਲ ਨੈਕਸਟ ਆ ਗਿਆ ਦੱਡਾ ਭਾਰਤ ਦਾ ਸਭ ਤੋਂ ਉੱਤਮ ਸਾਹਿਤ ਅਕੈਡਮੀ ਅਵਾਰਡ ਗਿਆਨਪੀਠ ਅਵਾਰਡ ਵੀ ਇਹਨਾਂ ਨੂੰ ਮਿਲ ਚੁੱਕਿਆ ਹੈ ਕਿਦੇ ਲਈ ਕਾਗਜ਼ ਤੇ ਕੈਨਵਾਸ ਲਈ ਬਹੁਤ ਮਾਡਰਨ ਬਣਦਾ ਠੀਕ ਹੈ ਕਾਗਜ਼ ਤੇ ਕੈਨਵਾਸ ਰਚਨਾ ਪੁੱਛਣਗੇ ਕਿ ਦੀ ਆ ਅਮਰਤਾ ਪ੍ਰੀਤਮ ਦੀ ਤੇ ਗਿਆਨਪੀਠ ਅਵਾਰਡ ਕਿਦੇ ਲਈ ਮਿਲਿਆ ਸੀ ਏਸੀ ਰਚਨਾ ਲਈ ਮਿਲਿਆ ਸੀ ਇਹਨਾਂ ਨੂੰ 1969 ਚ ਉਹਨਾਂ ਨੂੰ ਪਦਮਸ਼੍ਰੀ ਵੀ ਮਿਲ ਗਿਆ 2004 ਚ ਉਹਨਾਂ ਨੂੰ ਮਿਲਿਆ ਜੀ ਪਦਮਪਭੂਸ਼ਨ ਸਾਹਿਤਿਆ ਅਕਾਦਮੀ ਫੋਲੋਸ਼ਿਪ ਦੀ ਸਹਾਇਤ ਵਿੱਚ ਅਮਰਤ ਯਾਰਡ ਵੀ ਇਹਨਾਂ ਨੇ ਛੱਡੀ ਆ ਠੀਕ ਹੈ ਜੀ ਰਚਨਾਵਾ ਪਿੰਜਰ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਯਾਦ ਕਰ ਲਓ ਤੁਸੀਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਯਾਦ ਕਰ ਲਓ ਪੇਪਰ 'ਚ ਰਿਪੀਟ ਹੁੰਦੀਆਂ ਨੇ ਪਿੰਜਰ ਸਾਗਰ ਤੇ ਸਿੱਪੀਆਂ ਰੰਗ ਦਾ ਪੱਤਾ ਯਾਤਰੀ ਦਿੱਲੀ ਦੀਆਂ ਗਲੀਆਂ ਤੇਰਵਾ ਸੂਰਜ ਕੋਰਾ ਕਾਗਜ਼ ਸਵੈ ਜੀਵਨੀ ਇਹਨਾਂ ਦੀ ਆਟੋ ਬਾਇਓਗ੍ਰਾਫੀ ਕਈ ਵਾਰ ਪੁੱਛ ਲੈਂਦੇ ਨੇ ਉਹ ਕਿਹੜੀ ਆ ਰਸੀਦੀ ਰਸੀਦੀ ਡਾਕਟਰ ਠੀਕ ਹੈ ਜੀ ਪੇਪਰ 'ਚ ਬਹੁਤ ਵਾਰ ਰਿਪੀਟ ਹੋਏ ਨੇ ਜਿਹੜੇ ਮੈਂ ਇਹ ਯੈਲੋ ਯੈਲੋ ਜਾਂ ਗ੍ਰੀਨ ਕੀਤੇ ਨੇ ਕਾਪ ਸੰਗ੍ਰਹਿ ਕਿਹੜੇ ਆ ਲੋਕ ਪੀੜਾ ਸੁਨੇਹੜੇ ਕਾਗਜ਼ ਤੇ ਕਨਵਾ ਧਰਤ ਧੋਤ ਤਰਾਲ ਧੋਤੇ ਫੁੱਲ ਜਿਉਂਦਾ ਜੀਵਨ ਕਸਤੂਰੀ ਅੱਜ ਅੱਖਾਂ ਵਰਸ਼ ਸ਼ਾਨ ਮਾਸੀ ਕਾਗਰਜ ਨਾ ਕਿਹੜੀ ਸੀ ਇਹਨਾਂ ਦੀ ਨਾਗਮਣੀ ਠੀਕ ਹੈ ਜੀ ਦਰੀਬਕੋਟ ਬਾਣਾ ਤੇ ਆ ਗਏ ਜੀ ਆਪਾਂ ਜ਼ਿਲ੍ਹੇ ਦੇ ਪਿੰਡ ਰੱਬੋ ਚਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਨਾਵਲਕਾਰ ਸੀ ਇਹ ਮਿੰਨੀ ਕਹਾਣੀਕਾਰ ਸੀ ਉਹਨਾਂ ਦੀ ਪੰਜਾਬੀ ਸਾਹਿਤਿਆ ਤੇ ਵਿਚਾਰ ਚਰਚਾ ਵਿੱਚ ਐਂ ਭੂਮਿਕਾ ਸੀ ਸਨਮਾਨ ਤੇ ਪੁਰਸਕਾਰ 1971 ਚ ਉਹਨਾਂ ਨੂੰ ਇਹੋ ਹਮਾਰਾ ਜੀਵਨਾ ਲਈ ਸਾਹਿਤਿਅ ਅਕੈਡਮੀ ਅਵਾਰਡ ਮਿਲਿਆ ਮੋਸਟ ਇੰਪੋਰਟੈਂਟ ਬੰਦਾ ਕਰ ਲੋ ਇਹਨੂੰ ਠੀਕ ਹੈ ਜੀ ਨਾਮ ਜਾਦ ਕਰਨਾ ਕਿਹੜੀ ਰਚਨਾਵਾਂ ਇਹੋ ਹਮਾਰਾ ਜੀਵਨਾ 2001 ਦੇ ਵਿੱਚ ਉਹਨਾਂ ਨੂੰ ਨਾਵਲ ਕਥਾ ਕਹੋ ਉਰਵਸ਼ੀ ਲਈ ਸਰਸਵਤੀ ਸਨਮਾਨ ਮਿਲ ਗਿਆ ਠੀਕ ਹੈ ਜੀ ਇੰਪੋਰਟੈਂਟ ਬਣਦਾ ਵਾ 2004 ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਮਿਲਿਆ 2004 ਦੇ ਵਿੱਚ ਪਦਮ ਸਾਹਿਤਿਅ ਪੰਜਾਬੀ ਸਾਹਿਤ ਰਤਨ ਅਵਾਰਡ ਮਿਲਿਆ ਠੀਕ ਹੈ ਇਹਦੇ ਵਿੱਚ ਤੁਸੀਂ ਜ਼ਿਆਦਾਤਰ ਨਾਵਲ ਆਹ ਯਾਦ ਕਰਨਾ ਸਰਸਵਤੀ ਸਨਮਾਨ ਸਹਿ ਸਾਹਿਤਿਅ ਅਕਾਦਮੀ ਅਵਾਰਡ ਹੁਣ ਇਹਨਾਂ ਦੇ ਆਹ ਵਾਲੇ ਨਾਵਲ ਸੀਗੇ ਤੁਸੀਂ ਯਾਦ ਕਰ ਲੈਣੇ ਆ ਸੋ ਇਹਦੇ ਵਿੱਚ ਇੰਪੋਰਟੈਂਟ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਚ ਅਗਨੀ ਪ੍ਰੀਖਿਆ ਕਰ ਲਓ ਇਹ ਉਹ ਮਾਰਾ ਜੀਵਨਾ ਕਰ ਲਓ ਨੈਕਸਟ ਤੁਸੀਂ ਕਰਨਾ ਇਹਦੇ ਵਿੱਚ ਠੀਕਾ ਇਹ ਵਾਲੇ ਤੁਸੀਂ ਕਰ ਲਓ ਠੀਕਾ ਕਥਾਖੋ ਔਰ ਵਿਸ਼ੀ ਕਰ ਲਓ ਜੀਵਨ ਕਥਾ ਇਹਨਾਂ ਦੀ ਡਾਕਟਰ ਮੋਹਨ ਸਿੰਘ ਦਿਵਾਨਾਂ ਦੇ ਆ ਸਵੈ ਜੀਵਨੀ ਜਿਹੜੀ ਸਵੈ ਜੀਵਨੀ ਕਿਹੜੀ ਲਿਖੀ ਆ ਇਹਨਾਂ ਨੇ ਨੰਗੇ ਪੈਰਾਂ ਦਾ ਸਫਰ ਪੂਛਤੇ ਹੋ ਤੋ ਸੁਨੋ ਤੇਰੇ ਮੇਰੇ ਸਰੋਕਾਰ ਤੇ ਜਿਉਣ ਜੋਗਾ ਇੰਪੋਰਟੈਂਟ ਬਣਦੀਆਂ ਨੇ ਇਹ ਤੁਸੀਂ ਕਰ ਲਓ ਕਿਉਂਕਿ ਕਰੰਟ ਦੇ ਵਿੱਚ ਵੀ ਥੋੜਾ ਜਿਹਾ ਨਿਊਜ਼ ਦੇ ਵਿੱਚ ਸੀਗੇ ਸੁਰਜੀਤ ਪਾਤਰ 1945 ਚ ਇਹਨਾਂ ਨੇ ਪੱਤੜਕੜਾਂ ਚ ਜਨਮ ਹੋਇਆ ਇਹਨਾਂ ਦਾ ਜਲੰਧਰ ਦੇ ਜ਼ਿਲ੍ਹੇ ਚ ਪੰਜਾਬੀ ਲੇਖਕ ਤੇ ਕਵੀ ਨੇ ਇਹ ਤਾਂ ਉਹਨਾਂ ਦਾ ਕਵਤਾਮਾ ਹਰਮਨ ਪਿਆਰੀਆਂ ਹੋਈਆਂ ਚਰਚਾ ਦਾ ਵਿਸ਼ਾ ਬਣੀਆਂ 1960 ਦੇ ਅੱਧ ਚ ਇਹਨਾਂ ਨੇ ਲਿਖਣੀਆਂ ਸ਼ੁਰੂ ਕਰਤੀਆਂ ਸੀ ਰਚਨਾਵਾਂ ਕਿਹੜੀਆਂ ਨੇ ਇਹਨਾਂ ਦੀਆਂ ਹਵਾ ਵਿੱਚ ਲਿਖੇ ਹਰਫ ਹਨੇਰੇ ਚ ਸੋਲਗ ਦੀ ਵਰਣਮਾਲਾ ਪੇਪਰ ਚ ਰਿਪੋਰਟ ਹੋਇਆ ਕੁਐਸਚਨ ਕਿੰਨਾ ਦਾ ਬਾਅਦ ਸੁਰਜੀਤ ਪਾਤਰ ਦਾ ਬਿਰਜ ਅਰਜ ਕਰੇ ਲਫਜਾਂ ਦੀ ਦਰਗਾ ਇਹ ਵੀ ਇੰਪੋਰਟੈਂਟ ਬਣਦਾ ਵਾ ਲਫਜਾਂ ਦੀ ਦਰਗਾ ਪਤ ਚੜ ਦੀ ਪਾਜੀਵ ਤੇ ਸਰੋ ਸੋ ਬਿਰਜ ਅਰਜ ਕਰੇ ਤੇ ਲਫਜਾਂ ਦੀ ਦਰਗਾ ਯਾਦ ਕਰ ਲਓ ਤੁਸੀਂ ਇਹਦੇ ਨਾਲ ਪੁਰਸਕਾਰ ਤੇ ਸਨਮਾਨ ਕਿਹੜੇ ਮਿਲੇ ਆ ਜੀ 1993 ਚ ਇਹਨਾਂ ਨੂੰ ਹਨੇਰੇ ਵਿੱਚ ਸੋਦੀ ਵਰਮਨ ਮਾਲਾ ਲਈ ਸਾਥੀ ਅਕੈਡਮੀ ਅਵਾਰਡ ਮਿਲਿਆ ਸੁਰਜੀਤ ਬਾਤਤਰ ਨੂੰ ਠੀਕ ਆ ਸਾਲ 2009 ਚ ਲਫਜਾਂ ਦੀ ਦਰਗਾ ਲਈ ਸਰਸਵਤੀ ਸਨਮਾਨ ਸੋ ਇਹ ਤੁਸੀਂ ਯਾਦ ਕਰਦੇ ਆ ਦੋਨੇ ਇੰਪੋਰਟੈਂਟ ਬਣ ਗਏ 2012 ਚ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲ ਗਿਆ ਸੀ ਸ਼ਿਵ ਕੁਮਾਰ ਬਟਾਲਵੀ 1936 ਤੋਂ 73 ਤੱਕ ਇੰਪੋਰਟੈਂਟ ਪਰਸਨੈਲਿਟੀ ਬਣਦੇ ਨੇ ਇਹਨਾਂ ਦਾ ਜਨਮ ਕਦੋਂ ਹੋਇਆ ਸੀ ਜੀ 1936 ਚ ਹੋਇਆ ਸੀ ਪਾਕਿਸਤਾਨ ਦੇ ਸਿਆਲਪੋਟ ਜ਼ਿਲ੍ਹੇ ਚ ਹੋਇਆ ਪਰ 1947 ਜੇ ਇਹਨਾਂ ਨੇ ਕੀ ਕੀਤਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਜਾ ਕੇ ਹੁਣ ਇਹਨਾਂ ਦੇ ਕਪਤਾਵਾ ਦੇ ਗੀਤ ਰਚਨਾਵਾਂ ਪੀੜਾਂ ਦਾ ਪ੍ਰਾਗ ਇੰਪੋਰਟੈਂਟ ਬਣਦਾ ਵਾ ਪੇਪਰ ਚ ਬਹੁਤ ਵਾਰ ਰਿਪੀਟ ਹੋਇਆ ਆਟੇ ਦੀਆਂ ਚਿੜੀਆਂ ਬਹੁਤ ਵਾਰ ਰਿਪੀਟ ਹੋਇਆ ਵਾ ਠੀਕ ਆ ਆਪਣੇ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਹੋ ਰਹੀ ਹੈ ਆਪਣੀ ਮੈਨੂੰ ਵਿਦਿਆ ਕਰੋ ਬਿਰਾ ਦਾ ਸੁਲਤਾਨ ਦਰਮੰਦਾ ਦਾ ਲੂਣਾ ਬਹੁਤ ਵਾਰ ਰਿਪੀਟ ਹੋਇਆ ਜਿਹੜੇ ਯੈਲੋ ਕੁਤੇ ਨੇ ਪੇਪਰ ਚ ਪਿਛਲਿਆਂ ਚ ਰਿਪੀਟ ਹੋਏ ਹੋਏ ਨੇ ਉਹ ਮੈਂ ਕੀਤੇ ਨੇ ਸੋ ਜ਼ਿਆਦਾਤਰ ਕੁਐਸਚਨ ਜਿਹੜੇ ਪਿਛਲਿਆਂ ਚ ਰਿਪੀਟ ਹੋ ਜਾਂਦੇ ਨੇ ਉਹਦੇ ਵਿੱਚ ਆਉਂਦੇ ਹੁੰਦੇ ਨੇ ਠੀਕ ਆ ਜੀ ਅਲਬਦਾ ਸੋ ਪੁਰਸਕਾਰਤਾ ਸਮਾਂ 67 ਦੇ ਵਿੱਚ ਉਹਨਾਂ ਨੂੰ 1967 ਸਾਹਿਤਕ ਅਕੈਡਮੀ ਅਵਾਰਡ ਮਿਲਿਆ ਸਭ ਤੋਂ ਛੋਟੀ ਉਮਰ ਦੇ ਲੈ ਕੇ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਕੌਣ ਸੀ ਜਿਹੜੇ ਕਿ ਯੰਗੇਸਟ ਲੇਖਕ ਸੀਗੇ ਜਿਨ੍ਹਾਂ ਨੂੰ ਕਿ ਸਾਹਿਤਕ ਅਕੈਡਮੀ ਅਵਾਰਡ ਲਈ ਸਭ ਤੋਂ ਯੰਗੇਸਟ ਲੇਖਕ ਕਿਹੜੇ ਸੀਗੇ ਉਹ ਕੌਨ ਸੀਗੇ ਸ਼ਿਵ ਕੁਮਾਰ ਬਟਾਲਵੀ ਯਾਦ ਕਰ ਲੈਣਾ ਪੇਪਰ ਦੇ ਵਿੱਚ ਕੁਐਸਚਨ ਬਣਦਾ ਇਹ ਅਵਾਰਡ ਉਹਨਾਂ ਨੂੰ ਕਿਹਦੇ ਲਈ ਮਿਲਿਆ ਸੀ ਸਾਥੀ ਅਕੈडमी ਅਵਾਰਡ 1968 ਦਾ ਨਾਟਕ ਲੂਣਾ ਲਈ ਇਸੇ ਕਰਕੇ ਉਹਨਾਂ ਲੂਣਾ ਪੁੱਛਦੇ ਨੇ ਉਹ ਆਟੇ ਦੀਆਂ ਜਿਹੜੀਆਂ ਵੀ ਪੁੱਛਦੇ ਨੇ ਪੀੜਾਂ ਦਾ ਪ੍ਰਗ ਵੀ ਪੁੱਛਦੇ ਨੇ ਉਹਨਾਂ ਦੇ ਸਨਮਾਨ ਵਿੱਚ ਹਰ ਸਾਲ ਇੱਕ ਅਵਾਰਡ ਚਾਲੂ ਕੀਤਾ ਹੋਇਆ ਸ਼ਿਵ ਕੁਮਾਰ ਬਟਾਲਵੀ ਨਾਮ ਦਾ ਅਵਾਰਡ ਵੀ ਦਿੱਤਾ ਜਾਂਦਾ ਵਾ ਠੀਕ ਹੁਣ ਦੇਖੋ ਜੀ ਲਾਸਟ ਆ ਗਿਆ ਆਪਣਾ ਹੁਣ ਕੁਝ ਹੋਰ ਮਹੱਤਵਪੂਰਨ ਸਾਹਿਤਕਾਰ ਨੇ ਹਰਪਜਨ ਸਿੰਘ ਨੂੰ ਰੁੱਖ ਤੇ ਰਿਸ਼ੀ ਲਈ ਭਗਤ ਸਿੰਘ ਨੂੰ ਮੈਂ ਨਾਸਤਿਕ ਕਿਉਂ ਹਾਂ ਠੀਕ ਹੈ ਜਸਵੰਤ ਸਿੰਘ ਕੇਵਲ ਲਹੂ ਦੀ ਲੋ ਤੇ ਆਪਣਾ ਪੰਜਾਬ ਤੇਰਾ ਕੀ ਬਣੂ ਮਿੱਤਰ ਪਿਆਰੇ ਨੂੰ ਠੀਕ ਹੈ ਇਹ ਜਸਵੰਤ ਸਿੰਘ ਕੇਵਲ ਨੂੰ ਠੀਕ ਹੈ ਜੀ ਆ ਮੈਂ ਨਾਸਤਿਕ ਕਿਉਂ ਹਾਂ ਇਹ ਭਗਤ ਸਿੰਘ ਆਪਣੀ ਹੋਈ ਨੇ ਠੀਕ ਹੈ ਜੀ ਭਗਤ ਸਿੰਘ ਸ਼ਹੀਦ ਭਗਤ ਸਿੰਘ ਦੀ ਗੱਲ ਹੋ ਰਹੀ ਹੈ ਇਹਨਾਂ ਨੇ ਇੱਕ ਨੋਵਲ ਲਿਖਿਆ ਸੀਗਾ ਆਪਣਾ ਰਚਨਾ ਕੀਤੀ ਸੀ ਇਹਨਾਂ ਨੇ ਬੁੱਕ ਲਿਖੀ ਸੀ ਮੈਂ ਨਾਸਤਿਕ ਕਿਉਂ ਹਾਂ ਠੀਕ ਹੈ ਇਹ ਪੰਜਾਬ ਪੁਲਿਸ ਐਸਆਈ ਦੇ ਪੇਪਰ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਆ ਸੋ ਤੁਸੀਂ ਇਹ ਕਰ ਲੈਣਾ ਵਾ ਸੋ ਇਹ ਆਪਣੀ ਕਲਾਸ ਦੀ 11 ਕਲਾਸਾਂ ਆਪਣੀਆਂ ਹੋ ਚੁੱਕੀਆਂ ਨੇ ਹੁਣ ਇਸ ਟਾਈਮ ਠੀਕ ਹੈ ਜੀ 12ਵੀਂ ਕਲਾਸ ਅਗਲੀ ਕਲਾਸ ਦੇ ਵਿੱਚ ਆਪਾਂ ਕੀ ਕਰਾਂਗੇ ਪੰਜਾਬ ਦੀਆਂ ਮਹੱਤਵਪੂਰਨ ਸ਼ਖਸੀਅਤਾਂ ਜਿੰਨੀਆਂ ਵੀ ਸ਼ਖਸੀਅਤਾਂ ਹੋਈਆਂ ਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਪਣੇ ਜੋ ਵੀ ਸ਼ਖਸੀਅਤਾਂ ਹੋਈਆਂ ਨੇ ਜਿਹੜੀਆਂ ਮਹੱਤਵਪੂਰਨ ਪਰਸਨੈਲਿਟੀਜ਼ ਹੋਈਆਂ ਨੇ ਜਿਹਦੇ ਉੱਤੇ ਕੇ ਪੰਜਾਬ ਦੇ ਪੇਪਰਾਂ ਦੇ ਵਿੱਚ ਕੁਐਸਚਨ ਬਣਦੇ ਨੇ ਸਾਰਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਠੀਕ ਆ ਜੀ ਪੂਰੇ ਵਧੀਆ ਤਰੀਕੇ ਦੇ ਨਾਲ ਆਪਾਂ ਕਰਾਂਗੇ ਕਿ ਪੇਪਰ ਦੇ ਵਿੱਚ ਕੀ ਪੁੱਛਦੇ ਨੇ ਹਰੀ ਸਿੰਘ ਨਲੂਆ ਵਾਲੇ ਵੀ ਆਪਾਂ ਪੜ੍ਹਾਂਗੇ ਠੀਕ ਆ ਜਿਹੜੇ ਚਾਹੇ ਉਹ ਪ੍ਰਾਤਮਾਨ ਨੇ ਚਾਹੇ ਅਯੋਕ ਨੇ ਸਾਰਿਆਂ ਬਾਰੇ ਆਪਾਂ ਚੰਗੀ ਤਰ੍ਹਾਂ ਡਿਟੇਲ ਚ ਕਰਾਂਗੇ ਵੱਡੀ ਕਲਾਸ ਇਸੇ ਤਰ੍ਹਾਂ ਹੋਏਗੀ 1 ਘੰਟੇ ਦੇ ਨੇੜੇ ਦੇ ਨੇੜੇ ਕਲਾਸ ਹੋਏਗੀ ਪਰ ਆਪਣੇ ਜਿੰਨੀਆਂ ਵੀ ਠੀਕ ਹੈ ਜੀ ਸੋ ਹੁਣ ਜਿਆਦਾਤਰ ਮੈਂ ਵੱਡੀ ਕਲਾਸ ਤਾਂ ਲੈ ਕੇ ਆਉਣਾ ਕਿ ਆਪਣੇ ਲਈ ਦੋ ਦੋ ਕਲਾਸਾਂ ਨਾ ਬਣਾਉਣੀਆਂ ਪੈਣ ਤੁਹਾਡਾ ਇੱਕ ਕਲਾਸ ਦੇ ਵਿੱਚ ਹੀ ਕਵਰ ਹੋ ਜਾਵੇ ਤਾਂ ਕਿ ਬਾਰ ਬਾਰ ਤੁਹਾਨੂੰ ਉਹ ਨਾ ਕਰਨਾ ਪਵੇ ਸੋ ਇਹਦੇ ਲਈ ਹੁਣ ਆਪਣਾ ਚੈਨਲ ਨੂੰ ਬਸ ਸਬਸਕ੍ਰਾਈਬ ਕਰਨਾ ਮੈਂ ਤੁਸੀਂ ਇੱਕ ਰਿਕੁਐਸਟ ਆ ਆਪਾਂ ਕੋਈ पेड ਕੋਰਸ ਨਹੀਂ ਕਰ ਰਹੇ ਕਿ ਲਾਂਚ ਠੀਕ ਆ ਜੀ ਆਪਾਂ ਫ੍ਰੀ ਆਫ ਕਾਸਟ ਸਾਰੀ ਤਿਆਰੀ ਕਰਵਾ ਰਹੇ ਆ ਚਾਹੇ ਮਾਡਰਨ ਹਿਸਟਰੀ ਆ ਪੰਜਾਬ ਜੀਕੇ ਆ ਪੰਜਾਬੀ ਆਪਣਾ ਪੋਲਿਟੀ ਆ ਤੇ ਚਾਹੇ ਸਟੈਟਿਕ ਜੀਕੇ ਵੀ ਆਪਾਂ ਅਗਲੇ ਹਫਤੇ ਸ਼ੁਰੂ ਕਰਨ ਜਾਣ ਜਾ ਰਹੇ ਆ ਸੋ ਸਾਰੀਆਂ ਕਲਾਸਾਂ ਦੀ ਤੁਹਾਨੂੰ ਪੀਡੀਐਫ ਮੈਂ ਪ੍ਰੋਵਾਈਡ ਕਰ ਰਹੇ ਆ ਐਮਸੀਕਿਊ ਪੁਰਾਣੇ ਪੇਪਰਾਂ ਦੇ ਵੀ ਕਰਵਾ ਰਹੇ ਆ ਸੋ ਤੁਹਾਨੂੰ ਬਸ ਇਹੀ ਰਿਕੁਐਸਟ ਆ ਕਿ ਪਲੀਜ਼ ਤੁਸੀਂ ਆਪਣੀ ਕਲਾਸ ਦੇਖ ਰਹੇ ਹੋ ਚਾਹੇ ਤੁਸੀਂ ਆਪਣੀ ਸਿਰਫ ਪੀਡੀਐਫ ਤੋਂ ਵੀ ਪੜ ਰਹੇ ਹੋ ਮਨ ਲਓ ਤੁਸੀਂ ਕਲਾਸ ਨਹੀਂ ਦੇਖ ਰਹੇ ਤੁਸੀਂ ਇਸ ਟਾਈਮ ਦੇ ਉੱਤੇ ਬਹੁਤ ਵਾਰੀ ਪੜ ਚੁੱਕੇ ਹੋ ਉਹਨੂੰ ਤੁਸੀਂ ਸਿਰਫ ਪੀਡੀਐਫ ਤੋਂ ਰਿਵਾਈਜ਼ ਕਰ ਰਹੇ ਹੋ ਤਾਂ ਤਾਂ ਵੀ ਤੁਸੀਂ ਪਲੀਜ਼ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਕੁਝ ਨਹੀਂ ਹੋਣਾ ਮੇਰੀ ਮੋਟੀਵੇਸ਼ਨ ਲਈ ਇਹ ਬਹੁਤ ਵੱਡੀ ਚੀਜ਼ ਆ ਕਿ ਜੇ ਮੈਂ ਕੋਈ ਚੀਜ਼ ਲਈ ਐਫਰਟ ਕਰ ਰਿਹਾ ਮਿਹਨਤ ਕਰ ਰਿਹਾ ਤਾਂ ਤੁਹਾਡੇ ਤੋਂ ਸਿਰਫ ਇਹੀ ਮੰਗ ਰਿਹਾ ਕਿ ਤੁਸੀਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਇਹਨੂੰ ਆਪਣਾ ਚੈਨਲ ਮੰਨ ਕੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਇਹਦੇ ਤੋਂ ਫਾਇਦਾ ਮਿਲ ਰਿਹਾ ਕੋਈ ਵੀ ਚਾਹੇ ਤੁਹਾਨੂੰ ਪੀਡੀਐਫ ਤੋਂ ਫਾਇਦਾ ਮਿਲ ਰਿਹਾ ਚਾਹੇ ਤੁਹਾਨੂੰ ਐਮਸੀਕੀਯੂ ਤੋਂ ਮਿਲ ਰਿਹਾ ਕਿਸ ਚਾਹੇ ਤੁਹਾਨੂੰ ਕੋਈ ਇਨਫੋਰਮੇਸ਼ਨ ਤੋਂ ਮਿਲ ਰਿਹਾ ਆਪਾਂ ਠੀਕ ਹੈ ਜੀ ਸੋ ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਸਪੋਰਟ ਕਰਨੀ ਆ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਪੀਡੀਐਫ ਤੁਹਾਨੂੰ ਇਹਦੀ ਟੈਲੀਗ੍ਰਾਮ ਚੈਨਲ ਦੇ ਉੱਤੇ ਜੀਕੇ ਅਕੈਡਮੀ ਪੰਜਾਬ ਤੇ ਮਿਲ ਜੇਗੀ ਸੋ ਪਲੀਜ਼ ਤੁਸੀਂ ਇੰਨੀ ਕੁ ਸਪੋਰਟ ਮੇਰੀ ਜ਼ਰੂਰ ਕਰਨੀ ਆ ਇਹਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤਾਂ ਧੰਨਵਾਦ ਹੁਣ ਮਿਲਦੇ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ